ਲੱਖ ਹਜ਼ਾਰ ਬਹਾਰ ਹੁਸਨ ਦੀ ਔੜ ਖਾਕ ਸਿਮਾਣੀ ਲਾਪਰੀ ਤਜਈ ਮੁਹੰਮਦ ਜੱਗ ਤੇ ਰਵੇ ਕਹਾਣੀ FM 98.2 ਜਾਮਿਆ ਸਰਗੋਦਾ ਦਾ ਜੱਗ ਮਸ਼ਹੂਰ ਪ੍ਰੋਗਰਾਮ ਲੋਕ ਰਹਿਤ ਲੈ ਕੇ ਮੋਮਿਨ ਸ਼ਾਹ ਅਤੇ ਆਪਦਾ ਨਜ਼ਰ ਆਪਣੇ ਮਿੱਠੇ ਮਿੱਠੇ ਸਮਾਈਨ ਔਰ ਵੇਖਣ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਹਾਜ਼ਰ ਹਨ ਔਰ ਮੁਹੱਬਤਾਂ ਭਰਿਆ ਸਲਾਮ ਪੇਸ਼ ਕਰਦੇ ਹਨ। ਔਰ ਸੱਜਣੋ ਮਿੱਤਰੋ, ਸਾਡਾ ਕੰਮ ਆਈ ਕਿ ਇਸ ਡੇਰੇ 'ਤੇ ਆ ਵਹਿਣਾ ਸੋ ਡੇਰਾ ਅੱਲਾ ਕੀਤਾ ਅਤੇ ਭੱਗ ਗਿਆ ਜੀ। ਵਾਰ ਤਾਰੀਖ ਇਬਤਦਾ 'ਚ ਦੱਸੀ ਮੰਜਾਂ ਅਤੇ ਵੱਜ ਤੋਂ ਇਨਸ਼ਾਅੱਲਾ ਆਪਦਾ ਦੇ ਨਾਲ ਵੀ ਗੱਲਾਂ ਹੋਣਗੀਆਂ। ਕੋਈ ਲੋਕ ਰਹਿਤਲ ਦੀ ਗੱਲ ਕਰਾਂਗੇ, ਥੋੜ੍ਹਾ ਜਿਹਾ ਜਿਹੜਾ ਸਾਡੇ ਕੋਲ ਅਹਿਸਾਸ ਦਾ ਫੁਕਦਾਨ ਹੁੰਦਾ ਪੈਂਦਾ ਨਾ, ਮਤਲਬ ਘਾਟਾ ਪਾਉਂਦਾ ਪੈਂਦਾ, ਉਹਦੇ ਉੱਤੇ ਵੀ ਗੱਲ ਕਰਾਂਗੇ। ਔਰ ਚਾਹੁੰਦੀ ਹੋਗੀ ਜੀ, ਅੱਜ 9 ਤਾਰੀਖ ਅਤੇ ਅੰਗਰੇਜ਼ੀ ਜਿਹੜੀ ਹੈ ਨਾ ਉਹਦੀ ਹੈ ਅੱਜ 18, ਯਾਨੀ ਕਿ 18 ਮਈ ਹੋ ਗਈ, 9 ਹੋ ਗਈ ਜ਼ਿਕਾ ਦੀ, ਅਤੇ ਜੇਠ ਜਿਹੜਾ ਨਾ ਉਹ ਅੱਲਾ ਕੀਤਾ ਜਨਾਬ 4 ਤਰੀਕ ਹੋ ਗਈ ਜੇਠ ਦੀ, ਅਤੇ ਬਾਹਰ ਹੋ ਗਿਆ ਹਫ਼ਤਾ, ਅਤੇ ਜਿਹੜਾ ਨਾ ਗਰਮੀ ਜਿਹੜੀ ਹੈ ਉਸ ਚੰਗੀ ਦਸ ਕੱਢ ਲਈ ਇਹਨੇ, ਔਰ ਰੰਧ ਦੀ ਕਸਰੇ ਕਿ ਜਿਹੜੇ ਗਬਾੜ ਜਿਹਨਾਂ ਘਰਾਂ 'ਚ ਛੱਪੜ ਨੂੰ ਨਾ, ਤਾਂ ਨਾਲੀਆਂ ਜਿਹੜੀਆਂ ਪਾਣੀ ਵਾਲੀਆਂ ਨੇ ਗੰਦੇ ਵਾਲੀਆਂ, ਉਹਦੇ ਉੱਤੇ ਤੁਸੀਂ ਜਿਹੜਾ ਨਾ ਕੋਈ ਸਪਰੇਅ ਸਪਰੇਅ ਕਰ ਲਿਓ, ਵਰਨਾ ਮੱਛਰ ਤੇਜ਼ ਬੇਬਾ ਹੋ ਗਿਆ ਨਾ ਬਾਈ, ਅੱਲਾ ਪਨਾਹ ਦੇਵੇ। ਰਾਤੀ ਬਿਜਲੀ ਜਿਸ ਵੇਲੇ ਟੁਰ ਪੈਂਦੀ ਨੇ ਇਹਨੇ ਛੱਡਣਾ ਪਾਸਾ ਪ੍ਰਧਾਨ, ਅਤੇ ਉਹ ਪਾਸਾ ਰੱਤਾ ਹੋਇਆ ਪੈਂਦਾ, ਬਾਅਦ ਦੂਆ ਰੱਤਾ ਕਰਨ ਵਾਸਤੇ ਬੰਦੇ ਨੂੰ ਪਾਸਾ ਕਰਨਾ ਪੈਂਦਾ। ਖੈਰ, ਆਪਣੇ ਆਪ ਨੂੰ ਬਚਾਉਣਾ। ਆਪਦਾ ਜੀ ਸਤਿ ਬਿਸਮਿਲ੍ਲਾ ਜੀ ਆਣਾ। ਬਹੁਤ ਸ਼ੁਕਰੀਆ ਬਾਬਾ ਜੀ, ਸੁਣਨ ਵਾਲੇ ਤਮਾਮ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਅਸਲਾਮੁਅਲੈਕੁਮ। ਲਓ ਜੀ, ਆਪਦਾ ਅਤੇ ਮਤਲਬ ਕਿ ਬਾਬਾ ਹੈ ਅਤੇ ਇੱਕ ਕੁੜੀ ਹੈ ਸਾਡੇ ਇਸ ਦੇਸ਼ ਪੰਜਾਬ ਦੀ, ਦੇਸ਼ ਪੰਜਾਬ ਦੀ ਧੀ ਹੈ, ਔਰ ਉਹ ਰਹਿਤਲ ਉਹ ਵੱਸੋਂ ਜਿਹੜੀ ਹੈ ਨਾ ਉਹ ਬੜੀ ਬਖਤਾਂ ਵਾਲੀ ਹੁੰਦੀ, ਬੜੀ ਨਸੀਬਾਂ ਵਾਲੀ ਹੁੰਦੀ, ਜਿੱਥੋਂ ਦੀਆਂ ਧੀਆਂ ਪੈਣਾ ਆਪਣੇ ਰਹਿਤਲ ਦੇ ਨਾਲ ਪਿਆਰ ਕਰਦੀਆਂ ਹੋਣ, ਅਤੇ ਇਹ ਸਬਕ ਜਿਹੜਾ ਨਾ ਵੱਧ ਅਗਾਂਹ ਟੁਰਦਾ। ਜਿਵੇਂ ਇੱਕ ਕਿਸੇ ਮੁਫੱਕਰ ਦੀ ਗੱਲ ਆਈ, ਮਾਸ਼ਾਅੱਲਾ, ਯਕ ਨਾ ਸ਼ੁੱਧ, ਦੋ ਸ਼ੁੱਧ, ਇਹਦੇ 'ਚ ਦੋ ਸ਼ੁੱਧ ਨਹੀਂ ਬਲਕਿ 3-4 ਸ਼ੁੱਧ, ਅਤੇ ਇਹਦੇ 'ਚ ਮਾਲਕ ਦੀ ਸਾਥ ਨੇ ਢੇਰ ਸਾਰੀਆਂ ਖੂਬੀਆਂ ਪਾਈਆਂ ਨੇ। ਇੱਕ ਤਾਂ ਬ੍ਰਾਡਕਾਸਟਰ ਅੱਛੀ ਹੈ, ਸ਼ਾਇਰ ਮਾਸ਼ਾਅੱਲਾ, ਉਸ ਤੋਂ ਬਾਅਦ ਸੋਸ਼ਲ ਵਰਕਰ, ਅਤੇ ਇਹ ਅੱਲਾ ਪਾਕ ਦੀ ਜ਼ਾਤ ਗੁਣ ਜਿਹੜਾ ਨਾ ਕਿਸੇ ਕਿਸੇ ਨੇ ਯੋਜਾ ਦਿੰਦਾ, ਅਤੇ ਬਾ ਨਸੀਬ ਹੈ ਸਾਡੀ ਧਰਤੀ ਜਿੱਥੋਂ ਦੀ ਹੈ ਸਾਡੀ ਧੀ ਹੈ, ਅਤੇ ਅਹਿਸਾਸ ਦੀਆਂ ਗੱਲਾਂ ਜਿਹੜੀਆਂ ਨਾ ਆਪਦਾ ਇੱਕ ਖਾਸ ਕਿਸਮ ਦਾ ਜਿਹੜਾ ਕੰਮ ਹੈ ਨਾ ਉਹ ਮੇਰੇ ਸੁਣਨ 'ਚ ਆਇਆ ਕਿ ਭਈਆ ਜਦ ਤੱਕ ਨਿੱਕੇ ਨਿੱਕੇ ਜਿਹੜੇ ਨਾ ਉਹ ਇਹਨਾਂ ਡੰਗਾਂ 'ਚ ਬਾਲੇ ਜਿਹੜੇ ਨੇ ਅਗਵਾ ਹੋਣ ਲੱਗ ਪਏ ਨੇ, ਇਸ ਦੇ ਬਾਰੇ 'ਚ ਤੇਰੀ ਕੀ ਪਰਚੋਲ ਕੀ ਹੈ, ਕੀ ਕੁਝ ਇਸ ਦੇ ਬਾਰੇ ਕੋਈ ਦੱਸ? ਬਾਬਾ ਜੀ, ਇਹਨਾਂ ਪਿਛਲੇ ਡੰਗਾਂ 'ਚ ਕਮ ਅਜ਼ ਕਮ ਇਸ 1.5-2 ਮਹੀਨੇ ਦੇ ਅੰਦਰ 3 ਸਾਲ ਤੋਂ ਲੈ ਕੇ ਅਤੇ 5 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਨੇ ਨਾ, ਖਾਸ ਕਰ ਬੱਚੇ, ਉਹਨਾਂ ਦੇ ਅਗਵਾ ਦੇ ਵਾਕਿਆਤ ਬਹੁਤ ਜ਼ਿਆਦਾ ਵੱਧਦੇ ਨੇ, ਜਿਹੜੇ ਮਤਲਬ ਹੈ ਕਿ ਸਹੀ ਆਪਣਾ ਪਤਾ ਟਿਕਾਣਾ ਵੀ ਨਹੀਂ ਦੱਸ ਸਕਦੇ ਨੇ। ਅੱਛਾ, ਅਤੇ ਜਿਹੜੀ ਖਬਰ ਆਉਂਦੀ, ਬੱਚਾ ਦੁਕਾਨ 'ਤੇ ਗਿਆ, ਚੀਜ਼ ਲੈਣ ਨਿਕਲਿਆ, ਉੱਥੋਂ ਚੁੱਕਿਆ ਗਿਆ, ਪਤਾ ਕੋਈ ਨਹੀਂ ਬੱਚੇ ਦਾ। ਇਹ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਘਰ ਵਾਲਿਆਂ ਦੀ ਲਾਪਰਵਾਹੀ ਜਿਹੜੀ ਨਾ ਉਹ ਬਹੁਤ ਜ਼ਿਆਦਾ ਹੈ। ਇਤਨੇ ਛੋਟਾ ਸਾਰਾ ਬੱਚਾ ਜਿਸ ਨੂੰ ਹਾਲਾਂ ਤੱਕ ਆਪਣਾ ਨਾਂ ਸਿੱਧਾ ਨਹੀਂ ਪਤਾ, ਬਿਲਕੁਲ ਆਪਣਾ ਘਰ ਉਹ ਵਾਪਸ ਆਉਣਾ ਉਸ ਵਾਸਤੇ ਮੁਸ਼ਕਿਲ ਹੈ। ਅਗਰ ਇੱਕ ਗਲੀ ਉਹ ਗਲਤੀ ਨਾਲ ਵਲਾ ਵਜੇ ਤਾਂ ਉਸਨੂੰ ਆਪਣੇ ਘਰ ਦਾ ਨਹੀਂ ਪਤਾ, ਇਹ ਵਜ੍ਹਾ ਬੱਚੇ ਨੂੰ ਬਾਹਰ ਕੱਢਣਾ ਹੀ ਨਹੀਂ ਚਾਹੀਦਾ। ਅਗਰ ਤੁਸੀਂ ਬਾਹਰ ਕੱਢਿਆ ਤਾਂ ਕਮ ਅਜ਼ ਕਮ ਨਾਲ ਕੋਈ ਇਤਨਾ ਵੱਡਾ ਬੱਚਾ ਜਾਂ ਵੱਡਾ ਬੰਦਾ ਘਰ ਦਾ ਸਰਬਰਾਹ ਜ਼ਰੂਰ ਨਾਲ ਹੋਣਾ ਚਾਹੀਦਾ ਕਿ ਬੱਚਾ ਸਹੀ ਸਲਾਮਤ ਵਾਪਸ ਆ ਸਕੇ। ਬਿਲਕੁਲ, ਕਿਉਂਕਿ ਛੋਟੇ ਬੱਚੇ ਨੂੰ ਇਹ ਚੀਜ਼ ਵਾਲਾ ਚਸਕਾ ਪਾਵਣਾ, ਦੁਕਾਨ 'ਤੇ ਗੱਲਾਂ ਵਾਲਾ ਚਸਕਾ ਪਾਵਣਾ, ਪੈਸੇ ਵਾਲਾ ਚਸਕਾ, ਇਹ ਇਹਦੇ ਵਿੱਚ ਟੋਟਲ ਜਿਹੜਾ ਕਸੂਰ ਹੈ ਉਹ ਵਾਲਿਦੈਨ ਦਾ, ਘਰ ਵਾਲਿਆਂ ਦਾ ਹੈ। ਅੱਛਾ, ਮੇਰਾ ਖਿਆਲ ਆਪਦਾ ਜਿਸ ਵੇਲੇ ਆਪਣੇ ਅਸੀਂ ਬਚਪਨ ਦੀ ਗੱਲ ਸੋਚਦੇ ਹਾਂ ਨਾ, ਬਾਕੀ ਚਲੋ ਥੋੜ੍ਹਾ ਜਿਹਾ
ਤੇਰੀ ਔਰ ਮੇਰੀ ਏਜ ਦੇ ਵਿੱਚ ਮਤਲਬ ਹੈ ਜਿਹੜਾ ਇੱਕ ਗੈਪ ਹੈ, ਇੱਕ ਫਰਕ ਹੈ। ਮੈਂ ਜੋ ਬਚਪਨ ਦੇ ਵੇਖਿਆ ਨਾ, ਸਾਡੇ 'ਚ ਹੱਟੀ ਦਾ ਤਸੱਵਰ ਕੋਈ ਨਾ, ਬਿਲਕੁਲ। ਮਤਲਬ ਇਹ ਕਿ ਵੀ ਹਾਂ ਬਈ ਸਾਨੂੰ ਇਹ ਵੀ ਪਤਾ ਕੋਈ ਨਾ ਕਿ ਬਈ ਕੋਈ ਜੇਬ ਖਰਚ ਵੀ ਸ਼ਾਇਦ ਨਾ ਦੀ ਹੈ, ਵੀ ਕੋਈ ਸ਼ਾਇਦ ਆਉਂਦੀ ਹੈ। ਜੇ ਮਾਪੇ ਆਪ ਸਾਡੀ ਸਭ ਤੋਂ ਵੱਡੀ ਜਿਹੜੀ ਹੈ ਨਾ ਉਹ ਅਯਾਸ਼ੀ ਆਖੋ ਜਾਂ ਸਭ ਤੋਂ ਵੱਡੀ ਜਿਹੜੀ ਇੰਟਰਟੇਨ ਆਖੋ ਨਾ, ਹਿਦਵਾਣਿਆਂ ਦੇ ਮੌਸਮ ਵਿੱਚ ਬੋਰਾ ਭਰ ਕੇ ਵਡਕਿਆਂ ਬੋਰਾ ਹਿਦਵਾਣਿਆਂ ਦਾ ਲੈ ਆਉਣਾ, ਖਖੜੀਆਂ ਦਾ ਦਿਹਾੜੇ ਆਉਣੇ, ਜਿਸਲੇ ਖਰਬੂਜ਼ੇ ਹੋਣੇ, ਉਹ ਜਨਾਬ ਚੰਗਾ ਇੱਕ ਅਡਾਈ ਉਹ ਕੀ ਹੁੰਦੀ ਹੈ ਵੱਡੀ ਬੋਰੀ ਨਹੀਂ ਹੁੰਦੀ ਸੇਬੇ ਦੀ, ਉਹ ਬੋਰੀ ਭਰ ਕੇ ਲੈ ਆਉਣੀ ਵਾੜੇ 'ਚ ਜਾ ਕੇ, ਉਹ ਜਨਾਬ ਪੂਰਾ ਪੂਰਾ ਹਫ਼ਤਾ ਹਫ਼ਤਾ ਉਹ ਖਾਣੇ ਅਸਾਂ। ਬਤ ਜਦੋਂ ਕਿਦੋਂ ਕੋਈ ਮੇਲਾ ਮਰੜਾ ਲੱਗਾ ਆਲੇ ਦੁਆਲੇ ਅਤੇ ਬਜ਼ੁਰਗਾਂ ਬਹਿਣਾ ਅਤੇ ਬੰਝ ਕੇ ਉੱਥੋਂ ਨਾ ਉਹ ਜਲੇਬੀ ਲੈ ਆਉਣੀ, ਸਾਡੀ ਸਭ ਤੋਂ ਵੱਡੀ ਜਿਹੜੀ ਹੈ ਨਾ ਸੁਗਾਤ ਉਹ ਜਲੇਬੀ ਹੁੰਦੀ ਆ। ਠੀਕ। ਅਤੇ ਹੁਣ ਮੇਰੇ ਖਿਆਲ ਜਦੋਂ ਸਕੂਲ ਜਾ ਤੱਕ ਵਹਿੰਦੇ ਨਾ, ਉਹਨਾਂ ਦੇ ਹੱਥ ਵਿੱਚੋਂ ਜਿਹੜੇ ਛਾਪਰਾਂ ਦੇ ਵਿੱਚੋਂ ਜਿਹੜਾ ਮਾਲ ਸਬਾਬ ਹੁੰਦਾ ਹੈ ਉਹ ਅਜੀਬ ਜਿਹੀਆਂ ਚਾਹੀਏ। ਅੱਛਾ, ਉਹ ਮਾਲ ਸਬਾਬ ਲੰਚ ਬੋਕਸ ਵੱਖਰਾ। ਅੱਛਾ, ਉਹਦੇ ਜੇ ਹੁਣ ਤਾਂ ਉਹ ਘਰ ਵਾਲਾ ਪੱਕਾ ਹੋਇਆ ਘਾਟ ਹੀ ਹੁੰਦਾ, ਬ੍ਰੈਡ ਅਤੇ ਜੈਮ ਅਤੇ ਉਹ ਚੀਜ਼ਾਂ ਦੇ ਛੁਣੀਆਂ ਮਾਵਾਂ। ਅੱਛਾ, ਅਤੇ ਲੈ ਮੈਂ ਅੱਜ ਸਵੇਰੇ ਛਾਪਰ। ਅੱਛਾ, ਚੋਕਲੇਟ, ਬਸ ਇਹ ਚੀਜ਼ਾਂ ਆਇਆ ਤਾਂ ਬੱਚੇ ਦੀ ਖਾਧ ਹੈ ਕੁਝ ਹੀ ਰਹਿ ਗਈ ਹੈ ਨਾ। ਜਿਸ ਵੇਲੇ ਤੁਸੀਂ ਫਸਲ ਨੂੰ ਤੁਸੀਂ ਅਜਿਹੀਆਂ ਖਾਦਾਂ ਪਾਉਣ ਲੱਗ ਪਉਸੋ ਤਾਂ ਵੱਧ ਤੋਂ ਫਸਲ ਕਿਵੇਂ ਦੀ ਅਸੀਂ। ਅੱਜ ਸਵੇਰੇ ਜਿਸ ਵੇਲੇ ਮੈਂ ਫਿਜ਼ਾ ਨੂੰ ਛੱਡਣ ਵਾਸਤੇ ਗਿਆ ਨਾ, ਅਤੇ ਫਿਜ਼ਾ ਸਵੇਰੇ ਨਾਸ਼ਤਾ ਕਿਆ ਕਿ ਮੈਂ ਜਨਾਬ ਨਾ ਕੋਈ ਤਬੀਅਤ ਬਹਾਲ ਨਹੀਂ ਅਤੇ ਉਹ ਮੈਂ ਨਾਸ਼ਤਾ ਨਹੀਂ ਕਰਨਾ, ਅਤੇ ਬਾਅਦ ਇੰਝ ਕਿ ਬਾਬਾ ਮੈਨੂੰ ਤੁਸੀਂ ਉੱਥੇ ਰਸਤੇ ਵਿੱਚੋਂ ਨਾ, ਮੈਂ ਆਖਿਆ ਪੁੱਤਰਾ ਕੋਈ ਮਾੜਾ ਚੰਗਾ ਫਰੂਟ ਸ਼ਰੂਟ ਲੈ ਲਏ ਉਹ ਖਾ ਲਈ। ਉਸ ਕਹਿੰਦੇ ਬਾਬਾ ਉਹ ਬਿਰਿਆਨੀ ਜਿਹੜੀ ਹੈ ਨਾ ਉਹ ਮੈਂ ਤਾਂ ਕਿ ਜਿਸ ਵੇਲੇ ਟਾਈਮ ਹੋ ਸੀ ਨਾ ਉਹ ਮੈਂ ਲੈ ਦਿਉ, ਤਾਂ ਮੈਂ ਜਿਹੜਾ ਛੁੱਟੀ ਦਾ ਦਰਮਿਆਨ ਟਾਈਮ ਹੋ ਸੀ ਉਸ ਵੇਲੇ ਮੈਂ ਉਹ ਖਾ ਲਈ ਸੀ। ਹੁਣ ਮੋਮਿਨ ਸ਼ਾਹ ਫਕੀਰੀ ਦੌਰ ਦਾ ਭੁੱਲਾ ਆਇਆ ਅਤੇ ਉਸ ਨੂੰ ਜਿਸ ਵੇਲੇ ਮੈਂ ਪੁੱਛਿਆ ਨਾ ਉਹ ਬਿਰਿਆਨੀ ਵਾਲੇ ਨੂੰ, ਮੇਰੀ ਤਬੀਅਤ ਗੁੱਲ ਗਈ ਆਈ ਉੱਥੋਂ। ਉਸ ਉਹ ਐਡਾ ਕੋਈ ਅਜੀਬ ਜਿਹਾ ਭਾਂਡੇ ਨੇ ਉਹ ਹੇਠਾਂ ਉੱਤੇ ਸਾਬਣਦਾਨੀ ਆ ਨਾ, ਉਹ ਪੁਰਾਣੇ ਦੌਰ ਵਿੱਚ ਨਾ ਤਿੱਬਤ ਉੱਤੇ ਲਿਖਿਆ ਹੁੰਦਾ ਸਬੂਨਦਾਨੀ ਦੇ, ਉਹ ਇੰਝ ਕਰਕੇ ਬੰਦ ਹੋ ਪੈਂਦੀ ਹੈ ਉਹ ਉਂਝ ਦਾ ਜੀ ਉਸ ਭਾਂਡਾ ਉਹਦੇ ਵਿੱਚ ਉਸ ਚੌਲ ਗੱਤੇ ਇੱਕ ਐਡੀ ਕੁ ਬੋਟੀ ਗੱਤੀ ਉਸ ਉੱਤੋਂ ਜਨਾਬ ਇੱਕ ਚਮਚਾ ਚੰਗਾ ਚਮਚਾ ਭਰ ਕੇ ਨਾ ਉਸਦਾ ਛੋਲਿਆਂ ਦਾ ਪਾ ਕੇ ਤੋ ਅਸਾਂ ਕਿਹਾ ਆਏ ਮੁਰਸ਼ਦ ਛਾਪਰ ਦੇ ਵਿੱਚ ਅਤੇ ਲੈਲਣ ਦੀ ਉਹ ਚਮਚੀ ਆਈ ਵਿੱਚੋਂ। ਸਾਡੇ ਦੌਰ ਵਿੱਚ ਕਾਸ਼ਕ ਸਿਲਵਰ ਦੀਆਂ ਚਮਚੀਆਂ ਆਉਂਦੀਆਂ ਜਿਹਨਾਂ ਨੂੰ ਕਾਸ਼ਕ ਆਦਣ, ਉਹ ਜਿੰਨਾ ਵਲੇਟ ਫਲਾਟ ਕੋ ਤਾਂ ਸਿੱਖਿਆ ਮੁਰਸ਼ਦ 200 ਰੁਪਈਆ ਦਿਓ ਨਾ। ਮੈਂ ਆਖਿਆ ਬਈ ਸਾਡਾ ਸੌਰ ਜੇ ਹੁੰਦਾ ਨਾ ਤਾਂ 200 ਦੇ ਬਈ ਪੂਰੇ ਟੱਬਰ ਦਾ ਖਾਣ ਹੋ ਪੈਣਾ। ਬਿਲਕੁਲ। ਇਹਨਾਂ ਚੀਜ਼ਾਂ ਦੇ ਨਾਲ ਬੱਚਿਆਂ ਦੇ ਜ਼ਿਹਨ ਕਿਤੇ ਵਿੱਚ ਸਨ? ਅੱਜ ਦੇ ਦੌਰ ਦੇ ਵਿੱਚ ਬਾਹਰ ਦੇ ਸਾਨੂੰ ਦੁਸ਼ਮਣ ਦੀ ਲੋੜ ਹੀ ਨਹੀਂ। ਹਾਂ, ਅਸਾਂ ਆਪ ਆਪਣੇ ਬੱਚਿਆਂ ਦੇ ਦੁਸ਼ਮਣ ਆ। ਅੱਛਾ, ਇਹੋ ਚੀਜ਼ਾਂ ਖਵਾ ਕੇ ਉਹਨਾਂ ਦੇ ਮੈਦਿਆਂ ਦਾ ਬੇੜਾ ਗਰਕ ਕਰਕੇ ਡਾਕਟਰਾਂ ਦੀ ਅਸਾਂ ਦੁਕਾਨ ਚਲਾਈ ਹੋਈ ਹੈ। ਇਹ ਮੇਰਾ ਖਿਆਲ ਜਿਹੜਾ ਨਫਸਾ ਨਫਸੀ ਦਾ ਆਲਮ ਆ ਗਿਆ ਨਾ, ਭਾਗਮ ਭਾਗ, ਅਸੀਂ ਹਰ ਬੰਦਾ ਆਪਣਾ ਫਾਇਦਾ ਸੋਚਦਾ ਪਿਆ, ਆਪਣੇ ਆਪ ਨੂੰ ਸਿਰਫ ਇਨਸਾਨ ਸਮਝਦਾ, ਦੂਜੇ ਨੂੰ ਇਨਸਾਨ ਨਹੀਂ ਜਾਣਦਾ। ਬਿਲਕੁਲ। ਔਰ ਇਹ ਸਮਝਦਾ ਕਿ ਮੈਂ ਜੋ ਕੁਝ ਆਇਆ ਮੈਂ ਬਹੁਤ ਕੁਛ ਹਾਂ, ਦੂਆ ਬਾਈ ਕਮਲਾ ਜਾਂ ਜੋ ਕੁਛ ਵੀ ਆਖ ਲਓ ਆਪਣੀ ਵਿੱਚ ਸਾਡੇ 'ਚ ਮੈਂ ਬਹੁਤ ਜ਼ਿਆਦਾ ਆ ਗਈ ਇਹਦੇ ਅੰਨਾ ਖੁਦ ਗਰਜ਼ੀ ਜਿਹਾ ਅਹਿਸਾਸ ਦੂਸਰੇ ਦਾ ਕੋਈ ਅਹਿਸਾਸ ਵਾਲੇ ਰਿਸ਼ਤੇ ਹੀ ਖਤਮ ਹੋ ਗਏ ਨਾ। ਜੇ ਗੱਲ ਇੱਕ ਹੁੰਦਾ ਨਾ ਕਿ ਬੰਦਾ ਦੂਏ ਬੰਦੇ ਦਾ ਅਹਿਸਾਸ ਕਰੇ ਦਾ ਉਸਦੇ ਨੁਕਸਾਨ ਫਾਇਦੇ ਦਾ ਵੇਦਾ, ਉਹ ਚੀਜ਼ ਅਸਾਂ ਵੇਖਣੀ ਕੋਈ ਨਹੀਂ, ਅਸਾਂ ਸਿਰਫ ਇਹ ਸੋਚਣਾ ਵੇ ਸਾਡਾ ਭੱਲਾ ਕਿੱਥੋਂ ਵੇ। ਹਾਂ, ਆਪਣੀ ਜ਼ਾਤ ਨੂੰ ਅਸਾਂ ਸੋਚਣਾ। ਅਤਾਉਲ ਕਰੀਮ ਨਿਸੋ ਆਣਾ ਜਰਮਨ ਤੋਂ,
ਦਰਿਆ ਚਨਾਹ ਦੀ ਕੱਦੀ ਦਾ ਪੁੱਤਰ ਹੈ, ਉੱਥੇ ਉਬੜ ਬੋਲੀ ਦੀ ਵਸੋਂ ਦੇ ਵਿੱਚ ਵੱਸ ਕੇ ਵੀ ਨਾ ਅਤੇ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ ਸਾਡਾ ਲਾਈਵ ਵੇਖ ਰਹੇ ਨੇ, ਔਰ ਜਨਾਬ ਲਿਖਦੇ ਪਏ ਨੇ ਕਿ ਬਈ ਚੋਣ ਪੰਜਾਬੀ ਬੋਲਦੇ ਹੋ ਤੁਸੀਂ, ਅਤੇ ਅੱਲਾ ਇਹਨਾਂ ਦਾ ਭਲਾ ਕਰੇ। ਆਪਦਾ ਜਿਵੇਂ ਕਰ ਰਹੀ ਨਾ ਅਹਿਸਾਸ, ਹਜ਼ਰਤ ਅਲੀ ਦਾ ਫਰਮਾਨ ਹੈ ਕਿ ਰਿਸ਼ਤੇ ਲਹੂ ਦੇ ਜਿਹੜੇ ਨੇ ਨਾ ਉਹ ਨਹੀਂ ਹੁੰਦੇ, ਰਿਸ਼ਤੇ ਅਹਿਸਾਸ ਦੇ ਹੁੰਦੇ। ਬਿਲਕੁਲ, ਜੇ ਅਗਰ ਤੁਹਾਡਾ ਅਹਿਸਾਸ ਜਿਉਂਦਾ ਹੈ ਤਾਂ ਤੁਹਾਡੇ ਜਿਹੜੇ ਜ਼ਬਾਨ ਦੇ ਸਾਕ ਨੇ ਨਾ ਉਹ ਲਹੂ ਦੇ ਸਾਕਾਂ ਨਾਲੋਂ ਪੀਡੇ ਹੋ ਸਕਦੇ। ਪੀਡੇ ਹੋ ਸਕਣ, ਬਿਲਕੁਲ। ਜਿਹੜੇ ਲਹੂ ਦੇ ਸਾਕ ਨੇ ਉਹਨਾਂ ਪੁੱਤਰਾ ਰੱਸੀ ਰੱਖਣੀ ਹੈ ਇੱਥੋਂ ਤੇ ਉੱਥੇ ਤੱਕ, ਉਹਨਾਂ ਆਖਣਾ ਕਿ ਬਾਬਾ ਇਹ ਤੇਰਾ ਪਾਸਾ ਅਤੇ ਆਹ ਮੇਰਾ ਪਾਸਾ। ਬਿਲਕੁਲ, ਇਹ ਤਾਂ ਗੱਲ ਹੈ। ਅਤੇ ਜੇ ਤੁਹਾਡੀ ਜਿਬ ਦਾ ਸਾਕ ਹੈ ਨਾ, ਪਤਾ ਲੱਗਣਾ ਨਾ ਕਿ ਮੋਮਿਨ ਸ਼ਾਹ ਦੀ ਤਬੀਅਤ ਖਰਾਬ ਹੈ, ਪਹਿਲੀ ਗੱਲ ਤੇ ਕਿ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਨਾ ਪਹਿਲਾਂ ਕੁੱਟੋ ਕੁੱਟ ਹੋ ਬਣੀ, ਫੋਨ ਆਉਣ ਲੱਗ ਪੈਣਾ ਬਾਬਾ ਕਿੱਥੇ, ਤੁਹਾਡਾ ਇੱਕ ਦਿਨ ਗੈਰ ਹਾਜ਼ਰੀ ਹੋਵੇ ਤਾਂ ਅਗਲੇ ਪੁੱਛਦੇ ਨੇ ਕਿ ਅੱਜ ਬਾਬਾ ਕਿੱਥੇ ਗਏ। ਹਾਂ, ਬਾਤ ਇਹ ਹੋਣਾ ਕਿ ਬਾਬੇ ਦੇ ਟੈਲੀਫੋਨ 'ਤੇ ਜਿਹੜਾ ਕੋ ਇੱਕ ਆਇਆ ਨਿੱਕਾ ਜਿਹਾ ਆਇਆ ਉਂਗਲ ਵਾਲਾ, ਇਹਦੇ ਉੱਤੇ ਕੁੱਟੋ ਕੁੱਟ ਹੋ ਬਣੀ, ਹਾਂ ਜੀ ਬਾਬਾ ਜੀ ਖੈਰ ਹੈ। ਮੈਂ ਆਪਣੇ ਆਪ ਨੂੰ ਆਪਦਾ ਦੁਨੀਆ ਦਾ ਅਮੀਰ ਤਰੀਨ ਸ਼ਖਸ ਸਮਝਦਾ ਹਾਂ ਕਿ ਅੱਲਾ ਕਰੀਮ ਨੇ ਮੈਨੂੰ ਇਹੋ ਜਿਹੇ ਮੁਖਲਸ ਸੱਜਣ ਪੈਣਾ ਬਿਰਾ ਧੀਆਂ ਪੁੱਤਰ ਦਿੱਤੇ। ਬਿਲਕੁਲ, ਔਰ ਇਹ ਬੜੀ ਵੱਡੀ ਇਮਾਰਤ ਹੈ ਬਾਬਾ ਜੀ। ਗਰੀਬੀ ਉਹ ਨਹੀਂ ਕਿ ਤੁਹਾਡੀ ਜੇਬ ਵਿੱਚ ਸਿੱਕੇ ਨਹੀਂ, ਹਾਂ ਗਰੀਬੀ ਸਭ ਤੋਂ ਵੱਡੀ ਮੇਰੀ ਨਜ਼ਰ 'ਚ ਇਹ ਵੇ ਕਿ ਤੁਹਾਡੇ ਨਾਲ ਮੁਖਲਸ ਲੋਕ ਨਹੀਂ ਜੁੜੇ ਹੋਏ, ਤੁਹਾਡੇ ਚਾਰ ਸੱਜਣ ਨਹੀਂ ਹਨ, ਤੁਹਾਡੇ ਦੁੱਖ ਹੀ ਚਾਵਣ ਵਾਲਾ ਕੋਈ ਨਹੀਂ ਹੈ, ਸਭ ਤੋਂ ਵੱਡੀ ਗੁਰਬਤ ਇਹ ਹੈ। ਆਵੇ ਸਾਹਿਬ ਦਾ ਸ਼ੇਰ ਇਹ ਤੋਂ ਤਾਂ ਮੈਨੂੰ ਨਾ ਕੋਈ ਕੋਈ ਤਸਲਸਲ ਨਹੀਂ ਹੈ, ਉਹਦਾ ਮੁੱਦਾ ਮੈਂ ਬਿਆਨ ਕਰਦਾ ਪਿਆ। ਉਹਨਾਂ ਫਰਮਾਇਆ ਕਿ ਜਿਹੜਾ ਜ਼ਰ ਮਾਲ ਨਾ ਹੋਵਣ ਗੁਰਬਤ ਨਹੀਂ, ਕਿ ਅਲਮੁਖਤਸਰ ਕੇ ਆਖਰੀ ਮਿਸਰਾ ਉਹਨਾਂ ਦਾ ਇਹ ਕਿ ਜਿਹੜਾ ਸੱਜਣ ਦੀ ਜਿਹੜੇ ਸੱਜਣ ਦੀ ਅੱਖ ਚੋਂ ਡਹਿ ਜਾਵਣ, ਸਾ ਉਹ ਯਾਰ ਮੁਕਾ ਛੱਡਦੇ ਨੇ ਜਿਹੜੇ ਸਾਹ ਦੇ ਢੇਰ ਕਰੀਬ ਆਉਂਦੇ ਨੇ। ਬਿਲਕੁਲ, ਬੰਦੇ ਦਿਲ 'ਚ ਵੱਸ ਕੇ ਲੁੱਟ ਲੈਂਦੇ ਨੇ, ਬੇਗਾਨੇ ਕਦਣ ਰਕੀਬ ਆਉਂਦੇ ਨੇ, ਕਿ ਜ਼ਰ ਮਾਲ ਨਾ ਹੋਵਣ ਗੁਰਬਤ ਨਹੀਂ। ਇੱਥੇ ਤੋਂ ਅਗਲਾ ਮਿਸਰਾ ਮੈਨੂੰ ਭੁੱਲਾ ਖੜਾ ਅਤੇ ਛੇਕੜ ਤੋਂ ਫਰਮਾਈਂਦੇ ਨੇ ਕਿ ਜਿਹੜੇ ਸੱਜਣ ਦੀ ਅੱਖ ਚੋਂ ਡਹਿ ਜਾਵਣ, ਉਹ ਅਸਲ 'ਚ ਲੋਕ ਗਰੀਬ ਆਉਂਦੇ ਨੇ। ਬਿਲਕੁਲ, ਪੈਸਾ ਜਿਹੜਾ ਨਾ ਬਹੁਤ ਕੁਛ ਹੋਣ ਦੇ ਬਾਵਜੂਦ ਪੈਸਾ ਕੁਛ ਵੀ ਨਹੀਂ। ਬਾਬਾ ਜੀ ਕਹਾਵਤ ਸਾਡੀ ਬੜੀ ਮਸ਼ਹੂਰ ਹੈ ਕਿ ਪੈਸਾ ਕੰਜਰਾਂ ਕੋਲ ਹੀ ਬਹੁਤ ਹੈ ਲੇਕਿਨ ਉਹਨਾਂ ਕੋਲ ਇੱਜ਼ਤ ਕੋਈ ਨਹੀਂ। ਹਾਂ, ਸੋ ਕੁਝ ਜਾਈ ਐਸੀਆਂ ਹੁੰਦੀਆਂ ਨੇ ਆਪਦਾ ਜਿੱਥੇ ਪੈਸਾ ਕੁਝ ਨਾ ਹੋਣ ਦੇ ਬਾਵਜੂਦ ਬਹੁਤ ਕੁਛ ਸਾਬਤ ਹੁੰਦਾ। ਬਿਲਕੁਲ, ਕਿਉਂਕਿ ਅੱਲਾ ਕਰੀਮ ਨੇ ਸਾਡੇ ਨਾਲ ਪੇਟ ਲਾਇਆ, ਔਰ ਉਹ ਪੈਸਾ ਅਸੀਂ ਕਿਵੇਂ ਕਮਾਈਂਦੇ ਪਏ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ। ਰੋਟੀਆਂ ਦੋ ਨਸੀਬ ਤੇਰੇ 'ਚ ਨੇ, ਦੋ ਮੇਰੇ 'ਚ ਨੇ, ਉਹ ਜਿਹੜਾ ਤੁਹਾਡੇ ਮੁਕੱਦਰ ਵਿੱਚ ਲਿਖਿਆ। ਹਾਂ, ਉਹ ਹੁਣ ਪੁੱਤਰ ਖਾਣਾ ਲਿਆਉਣੀਆਂ ਬਾਬੇ ਕਿਵੇਂ ਨੇ, ਕਿ ਦਿਉ ਨੂੰ ਵੀ ਖਵਾਉਣੀ ਅਤੇ ਆਪ ਵੀ ਖਵਾਉਣੀਆਂ ਨੇ। ਚਾਰ ਰੋਟੀਆਂ ਜਿਹੜੀਆਂ ਬਾਬਾ ਲੈ ਕੇ ਆਇਆ ਨਾ, ਅੱਲਾ ਕਰੀਮ ਨੇ ਦੇਣੀਆਂ ਚਾਰੇ ਜਾਣ। ਬਾਬਾ ਜੀ ਇਹ ਵੇਖ ਲਓ, ਜਿਹਦੇ ਕੋਲ ਬਾਹਲੀ ਦੌਲਤ ਹੈ ਉਹ ਕਦੀ ਉਹ ਪੈਸਾ ਖਾ ਕੇ ਨਹੀਂ ਸੁੱਤਾ, ਕਦੀ ਸੁਨਾਰ ਕਦੀ ਸੋਨਾ ਖਾ ਕੇ ਨਹੀਂ ਸੁੱਤਾ। ਬਹੁਤ ਅੱਛੀ ਬਾਤ ਹੈ, ਖਾਂਦਾ ਉਹ ਆਟੇ ਵਾਲੀ ਰੋਟੀ ਹੈ। ਹਾਂ, ਤੇ ਕਈਆਂ ਨੂੰ ਆਟੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਗਰੀਬਾਂ ਤੇ, ਕਈ ਇਹ ਹੋਏ ਨੇ ਕਿ ਜਿਹੜੇ ਇਹ ਵੀ ਨਸੀਬ, ਔਰ ਬਲ ਅਮੀਰ ਉਹ ਵੀ ਵੇਖਣ ਜਿਹੜੇ ਰੋਟੀ ਵੀ ਨਹੀਂ ਖਾ ਸਕਦੇ। ਜੀ ਆ ਜੀ ਆ ਜੀ ਆ ਜੀ, ਬਿਲਕੁਲ ਇੰਜੇ ਗੱਲ ਹੈ, ਉਹਨਾਂ ਦੇ ਮੁਕਦਰੇ 'ਚ ਉਹ ਵੀ ਨਹੀਂ ਹੁੰਦਾ। ਹਾਂ, ਔਰ ਉਹ ਇੱਥੇ ਪਿਛਲਾ ਡੰਗਾਂ 'ਚ ਗੱਲ ਹੋ ਰਹੀ ਆ ਕਿ ਕਿਸੇ ਕੋਈ ਸਾਹਿਬ ਨੇ ਉਹਨਾਂ ਦੀ ਬੱਚੀ ਬਿਮਾਰ ਹੈ ਅਤੇ ਉਹਦੇ ਵਾਸਤੇ ਡਾਕਟਰ ਨੇ ਤਜਵੀਜ਼ ਕੀਤਾ ਹੈ ਕਿ ਜਿਸ ਵਕਤ ਤੱਕ 14 ਜਾਂ 15 ਸਾਲਾਂ ਦੀ ਹੋਏਗੀ ਨਾ, ਇਹ ਉਦੋਂ ਤੱਕ ਇਹ ਕਣਕ ਨਹੀਂ ਖਾ ਸਕਦੀ, ਉਸਨੂੰ ਗੰਦਮ ਦੀ ਐਲਰਜੀ ਹੈ ਉਸਨੂੰ, ਤੇ ਉਹਦੇ ਵਾਸਤੇ ਉਹ ਜਿਹੜਾ ਬਣਦਾ ਹੈ ਨਾ ਆਟਾ, ਉਹ ਮਿਕਸ ਆਟਾ ਹੁੰਦਾ ਵੇ, ਮੁਖਤਲਿਫ ਅਨਾਜ ਜਿਹੜੇ ਨੇ ਨਾ ਉਹ ਸਾਰੇ ਅਨਾਜ ਮਿਕਸ ਕਰਕੇ ਤੇ ਉਸਦੀ ਉਹ ਰੋਟੀ ਬਣਾਈ ਜਾਂਦੀ ਜਿਹੜੀ ਉਹ ਰੋਟੀ ਉਸ ਖਾਣ। ਔਰ ਉਹ ਪੁੱਤਰ ਉਹਨਾਂ ਦਾ ਉਹ ਪਤਾ ਕਿਤਨਾ, ਉਹ ਕਿਲੋ ਜਿਹੜਾ 7-8 ਸੌ ਤੋਂ ਕਿਲੋ ਹੈ। ਹਾਂਜੀ ਬਿਲਕੁਲ, ਵੇਖੋ ਕੁਦਰਤ ਦੇ ਨਿਜ਼ਾਮ। ਮੈਂ ਬਹੁਤ ਸਾਰੇ ਲੋਕ ਐਸੇ ਵੇਖੇ ਨੇ
ਜਿਹੜੇ ਲੰਮੇ ਪਾਉਂਦੇ ਨੇ ਤਾਂ ਵੇਖਦੇ ਨੇ ਕਿ ਸਾਈਡ 'ਤੇ ਰੁਪਈਏ ਪਏ ਨੇ, ਇੱਧਰ ਵੀ ਅਤੇ ਖੱਬੇ ਵੀ ਅਤੇ ਸੱਜੇ ਵੀ, ਲੇਕਿਨ ਸੁੱਖ ਨਸੀਬ ਨਹੀਂ, ਸੁੱਖ ਨਸੀਬ ਨਹੀਂ ਅਤੇ ਰੋਟੀ ਦਾ ਗਿਰਾਂ ਜਿਹੜਾ ਉਹ ਨਹੀਂ ਖਾ ਸਕਦੇ, ਦਵਾਈਆਂ 'ਤੇ ਜੀ ਰਹਿਣ। ਬਿਲਕੁਲ। ਸੋ ਇਹ ਭਲਾ ਕਿਉਂ ਵਕਤ ਆਉਂਦਾ, ਇਹਦੀ ਵਜ੍ਹਾ ਮੇਰੇ ਖਿਆਲ ਦੇ ਮੁਤਾਬਕ ਆਪਦਾ ਦੁਨੀਆ ਮਕਾਫਾ ਅਤੇ ਅਮਲ, ਰੱਬ ਦੀ ਵੰਡ ਜਿਹੜੀ ਹੈ ਨਾ ਉਹ ਬੜੀ ਸੋਹਣੀ ਹੈ। ਜਦੋਂ ਤੁਸੀਂ, ਮੈਨੂੰ ਬੜਾ ਇੱਕ ਅੱਛਾ ਲਫ਼ਜ਼ ਲੱਗਦਾ, ਮਕਾਫਾਤ ਅਮਲ, ਜਿਹੜਾ ਤੁਸੀਂ ਗੱਡਿਆ ਨਾ ਉਹ ਤੁਸੀਂ ਚਾਵਣਾ ਹੀ ਚਾਵਣਾ। ਮਤਲਬ ਪੰਜਾਬੀ 'ਚ ਮੇਰਾ ਖਿਆਲ ਹੈ ਅਕਸਾਂ ਅਸੀਂ ਜੋ ਕਰਨੀ ਸੋ ਭਰਨੀ ਭਰਨੀ। ਜੇ ਅਸੀਂ ਚੰਗੀ ਫਸਲ ਲਾਉਣੀ ਹੈ ਨਾ, ਅੱਕ ਗੱਢ ਕੇ ਨਾ ਤੁਸੀਂ ਗੁਲਾਬ ਕਦੀ ਨਹੀਂ ਚਾਹ ਸਕਦੇ। ਵਾਹ 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 ਵਾਹ, ਬੜੀ ਖੂਬਸੂਰਤ ਗੱਲ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਅਜੀਰਨ ਕਰ ਦੇਵੋ, ਉਹਨਾਂ ਦੇ ਵਾਸਤੇ ਮੁਸ਼ਕਲਾਤ ਬਣਾਵੋ, ਉਹਨਾਂ ਦੀਆਂ ਇੱਜ਼ਤਾਂ ਰੋਲੋ, ਉਹਨਾਂ ਦੇ ਵਾਸਤੇ ਔਖਿਆਈ ਪੈਦਾ ਕਰੋ। ਇਹ ਜਾਣੋ ਕਿ ਤੁਹਾਡੀ ਇੱਜ਼ਤ ਮਹਿਫੂਜ਼ ਰਾਸੀ, ਰੱਬ ਤੁਹਾਨੂੰ ਨਵਾਜ਼ਦਾ ਰਾਸੀ, ਤੁਹਾਡੇ ਵਾਸਤੇ ਰਸਤੇ ਸੌਖੇ ਹੋ ਸਨ, ਕਦੀ ਵੀ ਨਹੀਂ ਹੋ ਸਕਦਾ। ਰੱਸੀ ਢਿੱਲੀ ਹੋ ਸਕਦੀ ਹੈ, ਰੱਸੀ ਢਿੱਲੀ ਹੋ ਸਕਦੀ ਹੈ, ਲੇਕਿਨ ਇਸ ਗੱਲ ਨੂੰ ਇਹ ਮਤ ਸਮਝੋ ਕਿ ਅੱਲਾ ਤੁਹਾਡੇ ਤੇ ਰਾਜ਼ੀ, ਤੁਸੀਂ ਬੈਠ ਕਰੋ ਤੇ ਤਾਂ ਵੀ ਤੁਹਾਨੂੰ। ਅਗਰ ਇੱਕ ਇਨਸਾਨ ਹੈ ਨਾ ਉਹ ਬੁਰਾਈ ਕਰਿੰਦਾ ਪਿਆ ਔਰ ਇਸ ਚੀਜ਼ ਤੇ ਖੁਸ਼ ਹੋਵੇ ਕਿ ਮੇਰੀ ਪਕੜ ਨਹੀਂ ਆਉਂਦੀ ਪਈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਜ਼ਾਤ ਨੂੰ ਨਜ਼ਰ ਨਹੀਂ ਆਉਂਦਾ ਪਿਆ। ਔਰ ਅਸੀਂ ਉਸ ਦਰਾਜ਼ ਕੀਤੀ ਤਾਂ ਕਿ ਅਗਰ ਉਹਦੇ ਹਿੱਸੇ 'ਚ ਕੋਈ ਨੇਕੀ ਹੈ ਨਾ ਉਹ ਵੀ ਉਹਦੇ ਗੁਨਾਹਾਂ ਦੇ ਬਦਲੇ ਖਤਮ ਕਰ ਦਿੱਤੀ ਵੰਜੇ ਨਿਕਲਦੀ ਪੈਂਦੀ ਹੈ। ਔਰ ਇੱਕ ਵਕਤ ਉਹ ਆਉਂਦਾ ਵੇ ਕਿ ਜਦੋਂ ਉਹ ਪੱਕੜ ਹੁੰਦੀ ਫਿਰ ਇੰਤਹਾਈ ਸਖਤ ਹੁੰਦੀ ਔਰ ਉਹ ਦੁਨੀਆਂ ਵਾਸਤੇ ਸ਼ਖਸ ਇਬਰਤ ਬਣ ਪੈਂਦਾ। ਮੈਂ ਕੱਲ੍ਹ ਪ੍ਰੋਗਰਾਮ 'ਤੇ ਆਇਆ ਨਾ ਅਤੇ ਜੱਟ ਭੈਣੇ ਗੱਲਬਾਤ ਹੋ ਰਹੀ ਆਈ ਕਿ ਦੋ ਤਿੰਨ ਆਰਟਿਸਟ ਜਿਹੜੇ ਨੇ ਪਾਕਿਸਤਾਨ ਦੇ ਨਾਮਵਰ ਆਰਟਿਸਟ ਹਨ, ਉਹਨਾਂ ਵਿੱਚੋਂ ਇੱਕ ਅਲੀ ਜਾਜ਼ ਆਈ। ਮੇਰੀ ਸ਼ੁਜਾਤ ਹਾਸ਼ਮੀ ਦੇ ਨਾਲ ਵੀ ਮੁਲਾਕਾਤ ਹੋਈ, ਅਲੀ ਜਾਜ਼ ਨਾਲ ਵੀ। ਮੈਂ ਆਪਣੇ ਵਕਤ ਦੇ ਬਹੁਤ ਵੱਡਾ ਨਾਮ, ਬੜੇ ਵੱਡੇ ਨਾਮ। ਔਰ ਫਿਰ ਮੈਂ ਰੰਗੀਲੇ ਨੂੰ ਮਿਲਿਆ ਲੇਕਿਨ ਨੰਨੇ ਨੂੰ ਨਹੀਂ ਮਿਲ ਸਕਿਆ। ਮੇਰੀ ਖਾਹਿਸ਼ ਆਈ ਇਹਨਾਂ ਨੂੰ ਮਿਲਣ ਦੀ, ਸ਼ੁਜਾਤ ਹਾਸ਼ਮੀ ਨਾਲ ਮੁਲਾਕਾਤ ਹੋਈ, ਉਹਨਾਂ ਮੈਨੂੰ ਮਿਲਿਆ। ਉਹਨਾਂ 'ਚ ਬੜੇ ਵੱਡੇ ਵੱਡੇ ਨਾਂ ਹਨ ਜਿਨ੍ਹਾਂ ਦਾ ਬੇਸਿਕ ਕਮਜ਼ੋਰ ਆ, ਲੇਕਿਨ ਉਹਨਾਂ ਨੇ ਕੰਮ ਕੀਤਾ ਅਤੇ ਇੱਥੋਂ ਤੱਕ ਕੀਤਾ ਕਿ ਉਹਨਾਂ ਜਨਾਬ ਔਲਾਦ ਨੂੰ ਖਰਬਾਂ ਪੱਤੀ ਕਰ ਦਿੱਤਾ। ਬਿਲਕੁਲ। ਲੇਕਿਨ ਆਪਣੀ ਜ਼ਿੰਦਗੀ ਦਾ ਜਿਸਲੇ ਅਖੀਰ ਆਇਆ, ਖਾਲੀ ਹੱਥ ਸਰ ਫਾਲਜ ਹੋ ਗਿਆ। ਉਹ ਹੀ ਔਲਾਦ ਜਿਨ੍ਹਾਂ ਨੂੰ ਖਰਬਾਂ ਪੱਤੀ ਕੀਤਾ, ਉਹ ਪਾਣੀ ਦਾ ਗਿਲਾਸ ਕਿ ਟਾਈਮ 'ਤੇ ਰੋਟੀ ਵੀ ਨਹੀਂ ਦਿੱਤੀ ਉਹਨਾਂ, ਨਹੀਂ, ਬਹੁਤ ਤਕਲੀਫ ਦੇ ਹੋ ਕੇ ਲੋਕ ਫੌਤ ਹੋ ਗਏ। ਸੋ ਕਰਨਾ ਇਹ ਚਾਹੀਦਾ, ਐਸਾ ਕੰਮ ਕਰਨਾ ਚਾਹੀਦਾ ਤਾਂ ਕਿ ਤੁਸੀਂ ਜੋ ਫਸਲ ਗੱਡੋਗੇ ਨਾ, ਅਗਰ ਚੰਗੀ ਵੀ ਕੱਢਦੇ ਤਾਂ ਨਾਲ ਤੌਬਾ ਵੀ ਕਰੋ ਕਿ ਮੌਲਾ ਕਰੀਮਾ ਮੇਰੇ ਕੋਲ ਕੋਈ ਇਹੋ ਜਿਹੀ ਭੁੱਲ ਨਾ ਕਰਵਾਈ ਜਿਹੜੀ ਆਉਣ ਵਾਲੇ ਵਕਤ 'ਚ ਮੇਰੇ ਵਾਸਤੇ ਅਜ਼ਾਬ ਬਣ ਜਾਵੇ। ਔਰ ਸਾਨੂੰ ਆਪਣੀ ਨਸਲ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਨਾ, ਉਹਨੂੰ ਇਖਲਾਕੀਆਤ ਸਾਨੂੰ ਬਹੁਤ ਜ਼ਰੂਰੀ ਹੈ ਪੜ੍ਹਾਉਣਾ, ਬਹੁਤ ਜ਼ਿਆਦਾ ਇਸ ਤਰ੍ਹਾਂ ਪੜ੍ਹਾਉਣਾ ਜ਼ਰੂਰੀ। ਅਸੀਂ ਆਪਣੇ ਬੱਚਿਆਂ ਨੂੰ ਨਾ ਹੁਣ ਉਹਨਾਂ ਦੀ ਹਰ ਅਸੀਂ ਜ਼ਰੂਰਤ ਪੂਰੀ ਕਰਨ ਦੇ ਪਏ ਹਾਂ, ਉਹ ਮੋਹ 'ਚੋਂ ਕੱਢਦੇ ਨਾ ਅਸਾਂ ਉਹਨਾਂ ਦੀ ਹਰ ਖਾਹਿਸ਼ ਪੂਰੀ ਕਰਨ ਦੇ ਪਏ, ਅੱਛੀ ਤਾਲੀਮ, ਮਹਿੰਗੇ ਤੋਂ ਮਹਿੰਗੇ ਇਦਾਰਿਆਂ 'ਚ, ਲੇਕਿਨ ਅਸੀਂ ਉਹਨਾਂ ਦੀ ਤਰਬੀਅਤ ਕੋਈ ਨਾ ਕਰਨ ਦੇ ਪਏ। ਇਖਲਾਕੀਆਤ ਵਾਲੇ ਪਾਸੇ, ਇਖਲਾਕੀਆਤ ਦਾ ਦਰਸ, ਕਿਰਦਾਰ ਦਾ ਦਰਸ, ਦੂਜਿਆਂ ਨੂੰ ਇੱਜ਼ਤ ਦੇਵਣ ਦਾ ਦਰਸ, ਤਕਸੀਮ ਕਰਨ ਦਾ ਦਰਸ, ਇਹ ਚੀਜ਼ ਅਸੀਂ ਭੁੱਲ ਗਏ ਹਾਂ। ਮਾਂ ਉੱਠੀਂਦੀ ਹੈ, ਨਾਸ਼ਤਾ ਕਰਵਾਉਂਦੀ, ਬੈਗ ਪੈਕ ਕਰਕੇ ਦੇ ਛੋੜਿਆ, ਫਰਜ਼ ਪੂਰਾ ਹੋ ਗਿਆ, ਉਦੋਂ ਬੱਚੇ ਆਉਣਾ ਮੈਂ ਚੇਂਜ ਕਰਵਾਇਆ, ਟਿਊਸ਼ਨ ਭੇਜ ਛੋੜਿਆ, ਉਦੋਂ ਆਇਆ ਸਿਪਾਰੇ 'ਤੇ ਬਾਹਰ ਛੋੜਿਆ, ਰਾਤ ਹੋ ਗਈ ਬੱਚੇ ਨੂੰ ਥੋੜ੍ਹਾ ਟਾਈਮ ਹੈ ਤਾਂ ਮੋਬਾਈਲ ਦੇ ਛੋੜਿਆ, ਸਮਾਜ ਛੋੜਿਆ, ਸੁਬਹਾ ਵੱਧ ਹੋਈ ਰੂਟੀਨ ਵੱਧ ਹੋਈ, ਇੱਕੋ ਜਿਹੜਾ ਮਾਂ ਕੋਲ ਬਹਾ ਕੇ ਅਤੇ ਸਬਕ ਦਿੰਦੀ ਆਈ, ਸਿਖਾਉਂਦੀ ਆਈ, ਉੱਚ ਨੀਚ ਦੱਸਣੀ ਜ਼ਮਾਨੇ ਦੀ, ਚੰਗਾ ਬੁਰਾ ਭਲਾ ਉਹ ਸਮਝਾਵਣਾ ਕਰਨਾ, ਪਿਓ ਕਿਸੇ ਗੱਲ ਉੱਤੇ ਰੋਕ ਟੋਕ ਛੋੜਨਾ, ਵੱਡੇ ਭਰਾ ਚਾਚੇ ਮਾਮਿਆਂ ਰੋਕਣਾ ਟੋਕਣਾ, ਦੱਸਣਾ ਕਿ ਜੀ ਅੱਜ ਇਸੇ ਗਲਤੀ ਕੀਤੀ, ਦੋ ਚਾਰ ਲਾ ਵੀ ਪੈਣੀਆਂ, ਉਹ ਘਰ ਵਾਲਿਆਂ ਮਹਿਸੂਸ ਵੀ ਕੋਈ ਨਾ ਕਰਨਾ, ਹੁਣ ਤਾਂ ਉਲਾ ਮਚਾ ਕੇ ਟੁਰ ਪਾਉਂਦੇ ਵੀ ਤੂੰ ਹੋਇਆ ਕੌਣ ਹੈ, ਅਸੀਂ ਬੈਠੇ ਹਾਂ,
ਔਰ ਫਿਰ ਇੱਕ ਹੋਰ ਚੀਜ਼ ਹੁੰਦੀ ਆਈ, ਇਹ ਚੀਜ਼ਾਂ ਨਾਨੀਆਂ ਦਾਦੀਆਂ, ਨਾਨੀਆਂ ਦਾਦੀਆਂ ਸਨ, ਸਾਨੂੰ ਸਬਕ ਦਿੰਦੀਆਂ, ਰਾਤੀ ਬਾ ਕੇ ਕਹਾਣੀਆਂ ਸੁਣਾਉਣੀਆਂ। ਤੇ ਉਹਦਾ ਮਕਸਦ ਕੀ ਹੁੰਦਾ? ਉਹਦੇ ਵਿੱਚ ਕੋਈ ਨਾ ਕੋਈ ਨਿਤਾਰਾ ਕਰਕੇ ਅਖੀਰ ਤੇ ਉਹਦਾ ਰਿਜ਼ਲਟ ਕੱਢਣਾ, ਨਤੀਜਾ ਕੱਢ ਕੇ ਦੱਸਣਾ ਕਿ ਲਓ ਪੁੱਤਰਾ ਵੇਖੋ ਨਾ ਇਸ ਕਹਾਣੀ ਉਹ ਬਾਦਸ਼ਾਹ ਆਏ ਕੀਤਾ ਨਾ ਉਹਦਾ ਵੇਖਿਆ ਉਹਨੂੰ ਸਬਕ ਮਿਲਿਆ। ਮਕਸਦ ਹੀ ਹੁੰਦਾ ਉਹ ਆਈ ਅਖਲਾਕੀਆਤ ਦਾ ਇੱਕ ਬਹੁਤ ਵੱਡਾ, ਬੜੀ ਵੱਡੀ ਯੂਨੀਵਰਸਿਟੀਆਂ ਆਉਂਦੀਆਂ ਹਨ ਨਾਨੀਆਂ ਦਾਦੀ। ਹੁਣ ਨਾਨੀਆਂ ਦਾਦੀਆਂ ਨੂੰ ਤਾਂ ਇੱਕ ਚੁੰਡੇ ਲਾ ਛੋੜਿਆ ਵੇ ਨਾ ਤੇ ਬੱਚੇ ਨੂੰ ਆਖਣਾ ਕਿ ਇਸ ਕਮਰੇ 'ਚ ਨਹੀਂ ਬਹਿਣਾ, ਅੰਮਾ ਖੱਗ ਦੀਏ ਤੇ ਕਦੇ ਬੱਚੇ ਨੂੰ ਹੀ ਨਾ ਲੱਗ, ਬੱਚੇ ਨੂੰ ਖੱਗ ਨਾ, ਬਸ ਥੋੜ੍ਹਾ ਜਿਹਾ ਹੈ। ਅੱਛਾ ਵੇਖੋ ਨਾ ਅਹਿਸਾਸ ਦੀ ਬਾਤ ਹੈ, ਮਿਸਾਲ ਦੇ ਤੌਰ 'ਤੇ ਇੱਕ ਸ਼ਾਇਰ ਇੱਕ ਕੁਭਾਰ ਭਾਂਡੇ ਬਣਾਈਂਦਾ ਪਿਆ ਤੇ ਕੋਲੋਂ ਇੱਕ ਸ਼ਖਸ ਲੱਗਿਆ ਨਾ ਤੇ ਉਸ ਆਖਿਆ ਕਿ ਪਿਆ ਕਰੇ ਨਾ, ਉਸ ਆਖਿਆ ਹਵੇਜਾ ਬਣਾਈਂਦਾ ਪਿਆ। ਹਵੇਜਾ ਪੰਜਾਬੀ ਜ਼ਬਾਨ ਦੇ ਵਿੱਚ ਇੱਕ ਹੁੱਕੇ ਦਾ ਉਤਲਾ ਜਿਹੜਾ ਹੁੰਦਾ ਜਿਹਦੇ ਚੱਕ ਬਾਲ ਕੇ ਤਮਾਕੂ ਸ਼ਮਾਕੂ ਪਾ ਕੇ ਨਾ, ਕੁਛ ਇਲਾਕਿਆਂ 'ਚ ਹੋ ਸਕਦਾ ਉਹਦਾ ਕੋਈ ਹੋਰ ਵੀ ਨਾ ਹੋਵੇ। ਉਸ ਆਖਿਆ ਜੀ ਮੈਂ ਹਵੇਜਾ ਬਣਾਈਂਦਾ ਪਿਆ। ਉਹਨੇ ਆਖਿਆ ਹਵੇਜਾ ਕੀ ਕਰੇ ਸੀ? ਇਖਲਾਕੀਆਤ ਪੜ੍ਹਾਉਣ ਦਾ ਤਰੀਕਾ, ਹਵੇਜਾ ਕੀ ਕਰੇ ਸੀ ਬਾਈ? ਉਸ ਆਖਿਆ ਜੀ ਇਹ ਜਿੱਤਲੇ ਪੱਕ ਵੀ ਸੀ ਨਾ, ਇਹਦੇ ਵਿੱਚ ਇੱਕ ਰੋੜ ਰੱਖਿਆ ਵੀ ਸੀ, ਸਹੀ, ਉਹਦੇ ਉੱਤੇ ਤੰਬਾਕੂ ਹੱਥ ਰਗੜ ਕੇ ਨਾ, ਠੀਕ, ਉਹ ਧਰ ਕੇ ਉੱਤੇ ਗੁੜ ਦਾ ਕੋਈ ਥੋੜ੍ਹਾ ਜਿਹਾ ਧਰ ਕੇ ਨਾ, ਉੱਤੇ ਕੋਲੇ ਗੱਤੇ ਪਏ ਸਨ ਉੱਕੇ ਦੇ ਉੱਤੇ ਧਰ ਕੇ, ਅਤੇ ਇਹ ਕਿਸੇ ਨਾ ਕਿਸੇ ਡੇਰੇ ਦੇ ਉੱਤੇ ਟੁਰ ਪਈ ਸੀ, ਕਿਸੇ ਨਾ ਕਿਸੇ ਸਜਣੇਪੇ 'ਚ ਇਹ ਚਾਰ ਜੀਆਂ ਨੂੰ ਇਕੱਠਾ ਕਰਕੇ ਬਈ ਸੀ ਅਤੇ ਹੁੱਕਾ ਲੋਕ ਛਿੱਕ ਸਨ। ਅੱਛਾ ਹੁੱਕਾ ਛਿੱਕ ਸਨ, ਫਾਇਦਾ ਕੀ ਹੋ ਸੀ? ਉਸ ਆਖਿਆ ਇੱਕ ਤਾਂ ਇਹਦੇ ਵਿੱਚ ਅੱਗ ਬਲੀ, ਇਹ ਜਿਹੜਾ ਤੂੰ ਭਾਂਡਾ ਬਣਾਈਂਦਾ ਪਿਆ ਇਹਦੇ 'ਚ ਅੱਗ ਬਲਣੀ, ਬਿਲਕੁਲ ਬਲਣੀ, ਦੂਜਾ ਵੱਤ ਜਿਹੜਾ ਇਹਦੇ 'ਚ ਤੰਬਾਕੂ ਆਉਣਾ, ਧੂੰ ਬਣਨਾ, ਉਹ ਜਿਸ ਜਿਸ ਬੰਦੇ ਛਿੱਕਣਾ ਇਹ ਕੋਈ ਗਿਓ ਦਾ ਤੇ ਨਾਲੀ ਕੋਈ ਨਾ ਹੋਈ, ਹਾਂ ਮਤਲਬ ਕੌੜਾ ਜਿਗਰ ਨੂੰ ਨੁਕਸਾਨ ਦੇ ਸੀ, ਬੰਦਿਆਂ ਨੂੰ ਨੁਕਸਾਨ ਦੇ ਸੀ। ਉਸ ਆਖਿਆ ਵੱਤ, ਉਸ ਆਖਿਆ ਭਾਂਡੇ ਤੂੰ ਬਣਾਈਂਦਾ ਪਿਆ ਤੇ ਯਾਰ ਇੰਝ ਕਰ, ਕੋਈ ਫਰਕ ਕੋਈ ਨਾ, ਥੋੜ੍ਹਾ ਜਿਹਾ ਤੈਨੂੰ ਨਾ ਜ਼ਿਹਨ ਨੂੰ ਤਬਦੀਲ ਕਰਨਾ ਪਾਉਣਾ, ਆਪਣੀ ਸੋਚ ਬਦਲ। ਉਹ ਕਿਵੇਂ ਜੀ, ਕੀ ਕਰਾਂ? ਉਸ ਆਖਿਆ ਯਾਰ ਤੂੰ ਸੁਰਾਈ ਕਿਉਂ ਨਹੀਂ ਬਣਾਈਂਦਾ? ਉਸ ਆਖਿਆ ਜੀ ਇਹਦੀ ਹੋਵੇ ਜੇ ਇਹਦੀ ਸੇਲ ਬੜੀ ਹੁੰਦੀ ਆ, ਉਹਨਾਂ ਕਿਹਾ ਸੇਲ ਨੂੰ ਛੱਡ, ਤੂੰ ਸੁਰਾਈ ਕਿਉਂ ਨਹੀਂ, ਘੜਾ ਕਿਉਂ ਨਹੀਂ ਬਣਾਈਂਦਾ ਪਿਆ? ਉਸ ਆਖਿਆ ਉਹਦਾ ਮਕਸਦ ਕੀ? ਉਸ ਆਖਿਆ ਉਹ ਅੱਗ ਵਾਲਾ ਭਾਂਡਾ ਹੈ, ਇਹ ਅੱਗ ਬੁਝਾਉਣ ਵਾਲਾ ਹੈ, ਇਹਦੇ ਵਿੱਚ ਲੋਕ ਪਾਣੀ ਪੀਸਣ, ਕਿੱਦਾਂ ਮਾਜ਼ ਅੱਲਾ ਅੱਲਾ ਮਾਫ਼ ਕਰੇ, ਕਿੱਦਾਂ ਕੋਈ ਅੱਗ ਲੱਗੀ ਹੋਈ ਹੈ ਅਤੇ ਇਹਦੇ ਵਿੱਚੋਂ ਪਾਣੀ ਦਾ ਕੌਲਾ ਫੱਤ ਕੇ ਦੁੱਧ ਦੇ ਉੱਤੇ ਉਹਨੂੰ ਬਰੁਕ ਲਿਆ ਵਈ ਸੀ, ਠੀਕ। ਸੋ ਕੋਸ਼ਿਸ਼ ਕਰ, ਚੀਜ਼ ਜਿਹੜੀ ਬਣਾਉਣੀ ਆ ਨਾ ਇਹਦੇ ਵਿੱਚ ਫਾਇਦੇ ਆਉਣੀ, ਜਿਵੇਂ ਹੁਣ ਤੁਸੀਂ ਔਰ ਆਪਦਾ ਦੀ ਪਈ ਆਏ ਨਾ ਕਿ ਉਹ ਪਾਣੀ ਦਾ ਗਿਲਾਸ ਦਾ ਮਾਮਲਾ, ਕਿ ਅਸੀਂ ਸੋਚਦੇ ਕੀ ਹਾਂ ਗਿਲਾਸ ਸੋਚਦੇ ਕੀ ਹਾਂ, ਹਾਂ ਸਾਨੂੰ ਸਿਰਫ ਉਹ ਅੱਧਾ ਖਾਲੀ ਨਜ਼ਰ ਆਉਂਦਾ, ਹਾਂ ਅੱਧਾ ਭਰੇ ਹੋਇਆ ਜਿਹੜਾ ਉਹਦੇ ਵਿੱਚ ਪਾਣੀ ਹੈ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਵੇਖੋ ਨਾ ਮਤਲਬ ਮਾਸ਼ਾਅੱਲਾ ਰਵਈਏ, ਮਤਲਬ ਕਿਹੜੀ ਖੂਬਸੂਰਤ ਸੋਚ ਹੈ ਤੇਰੀ ਬੱਚੇ, ਕਿਆ ਕਹਿ ਰਹੀ ਹੈ ਨਾ ਕਿ ਬਸ ਗਿਲਾਸ ਦੇ ਵਿੱਚ ਪਾਣੀ ਹੈ ਅਤੇ ਸਾਨੂੰ ਅੱਧਾ ਖਾਲੀ ਤਾਂ ਦਿਸਦਾ ਪਿਆ ਹੈ, ਬਲਕਿ ਅਸੀਂ ਅੱਧਾ ਭਰਿਆ ਹੈ ਤਾਂ ਨਾ ਵੇਖ, ਅਸੀਂ ਭਰੇ ਹੋਇਆ ਨਹੀਂ ਵੇਖਦੇ, ਇਹ ਸਿਰਫ ਮੇਰਾ ਖਿਆਲ ਹੈ ਸੋਚ ਦੀ ਗੱਲ, ਸੋਚ ਦੀ ਗੱਲ ਹੈ। ਸਾਡੇ ਜਿਹੜੇ ਮਸਬਤ ਰਵਈਏ ਨੇ ਨਾ ਜਾਂ ਉਹ ਅਸਾਂ ਬਿਲਕੁਲ ਦਫਨਾ ਛੋੜੇ, ਅਸੀਂ ਸਿਰਫ ਨੈਗੇਟਿਵਿਟੀ ਨੂੰ ਲੈ ਕੇ, ਮਨਫੀ ਸੋਚ ਨੂੰ ਲੈ ਕੇ ਚੱਲਦੇ ਹਾਂ, ਬੁਰਾ ਸੋਚਦੇ ਹਾਂ। ਤੇ ਬਸ ਅਤੌਲ ਕਰੀਮ ਸਾਹਿਬਾ ਦੇ ਪੈਨੇ, ਅੱਜ ਕੱਲ੍ਹ ਸਾਨੂੰ ਕਿਸੇ ਦੇ ਦੁੱਖ ਦਾ ਦੁੱਖ ਵੀ ਨਹੀਂ ਹੁੰਦਾ, ਨਹੀਂ ਹੁੰਦਾ, ਬਲਕਿ ਕਿਸੇ ਨੂੰ ਦੁਖੀ ਵੇਖ ਕੇ ਨਾ ਸਾਨੂੰ ਜ਼ਿਹਨੀ ਸਕੂਨ ਮਿਲਦਾ। ਅਸਾਂ ਹੁਣ ਸਾਡੇ ਅੰਦਰ ਇੱਕ ਅਹਿਸਾਸ ਖਤਮ ਹੋ ਗਿਆ ਨਾ, ਅਸੀਂ ਇਸ ਨਜ਼ਰ 'ਚ ਆਉਂਦੇ ਹਾਂ ਕਿ ਸਾਡਾ ਕੋਈ ਸੱਜਣ ਵੇਲੀ ਸਾਨੂੰ ਉਸਦੀ ਕਿਸੇ ਨੁਕਸਾਨ ਦਾ ਪਤਾ ਚੱਲੇ, ਅਸੀਂ ਹੱਸੀਏ, ਸਾਨੂੰ ਮੌਕਾ ਮਿਲੇ ਕਿ ਅਸੀਂ ਉਸਨੂੰ ਤਾਣਾ ਮਾਰ ਸਕੀਏ। ਬਿਲਕੁਲ ਠੀਕ ਹੋ ਗਿਆ। ਮਾਮਲਾ ਇਹ ਕਿ ਜਿਸ ਵੇਲੇ ਅਸਾਂ ਸੋਚ ਨੂੰ
ਮੁਸਬਤ ਕਰ ਲੈਣਾ ਨਾ, ਉਸ ਵੇਲੇ ਉਹਦਾ ਮਫਾ ਤਾਂ ਹੋਣਾ ਕਿ ਰਵੱਈਏ ਤਬਦੀਲ ਹੋ ਜਾਣੇ ਨੇ, ਮੁਹੱਬਤਾਂ ਅਹਿਸਾਸ ਜਿਹੜਾ ਹੈ ਉਹ ਆਪਣੇ ਆਪ ਸਾਡੇ ਵਿੱਚ ਪੈਦਾ ਹੋਣਾ। ਬਾਬਾ ਜੀ ਇਹ ਵੇਖ ਲਓ ਨਾ, ਅੱਗੇ ਇੱਕ ਵਕਤ ਆਈ ਕਿ ਮੁਹੱਲੇ 'ਚ ਫੌਤਕੀ ਹੋ ਗਈ ਨਾ, ਹਰ ਟੀਵੀ ਨਾ ਚੱਲਦਾ, ਹਾਂ ਹਾਸਾ ਨਾ ਆਉਂਦਾ, ਪੂਰੇ ਪਿੰਡ 'ਚ ਸੋਗ ਜਿਹਾ ਹੋ ਪੈਂਦਾ ਸੀ। ਅੱਛਾ, ਪਤਾ ਹੁੰਦਾ ਕਿ ਫਲਾਣੇ ਪਾਸੇ ਫੌਤਕੀ ਹੋਈ ਹੈ। ਬਿਲਕੁਲ ਠੀਕ ਹੋ ਗਿਆ। ਮਾਮਲਾ ਇਹ ਕਿ ਸਾਨੂੰ ਮਤਲਬ ਕਿ ਲਫ਼ਜ਼ਾਂ ਦੀ ਜਿਹੜੀ ਚੁਣੌਤੀ ਹੈ ਨਾ ਸਾਡੀ, ਉਹਦੇ 'ਤੇ ਸਾਨੂੰ ਸਪੈਸ਼ਲ ਜਿਹੜਾ ਨੇ ਧਿਆਨ ਦੇਣ ਦੀ ਲੋੜ ਹੈ। ਅੱਛਾ, ਵੱਧ ਅਗਲੀ ਗੱਲ ਤਾਂ ਆਪਦਾ ਇਹ ਦੱਸਾਂ ਕਿ ਇਹਨਾਂ ਡੰਗਾਂ ਦੇ ਵਿੱਚ ਨਾ, ਸ਼ਹਿਰ ਦੇ ਹਰ ਚੌਕ ਦੇ ਵਿੱਚ ਜਿੱਥੇ ਟਰੱਕ ਖਲੋ ਸਕਦਾ, ਹੁੰਡਾਈ ਖਲੋ ਸਕਦੀ ਹੈ, ਵੇਖਿਆ ਹੀ ਅਸੀਂ, ਬਿਲਕੁਲ ਵੇਖੀ ਹੈ, ਵੇ ਉੱਥੇ ਕਣਕ ਜਿਹੜੀ ਹੈ ਨਾ ਸੇਲ ਹੁੰਦੀ ਪਈ ਹੈ। ਅਤੇ ਕਣਕ ਦੇ ਨਾਲ ਨਾਲ ਜਨਾਬ ਦੋਸਤੋ, ਹੁਣ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਕਾਲ ਦਾ ਟਾਈਮ ਵੀ ਹੋ ਚੁੱਕਿਆ ਆਪਣਾ 0 48 92 30 798 ਸਾਡਾ ਨੰਬਰ। ਪਹਿਲੀ ਕਾਲ ਹੈ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਬਾਜੀ, ਕੀ ਹਾਲ ਹੈ? ਵਾਲੇਕੁਮ ਅਸਲਾਮ, ਅਲਹਮਦੁਲਿਲਾ ਭਾਈ, ਕੌਣ ਤੇ ਕਿੱਥੋਂ ਜੀ? ਸਭ ਕੁਛ ਮਿਲੇ ਜੀ, ਆਉਣਗੇ ਪ੍ਰੋਗਰਾਮ ਨੇ ਜਨਾਬ ਸਾਹਿਬ ਜੀ। ਮਾਲਕ ਕਾਇਨਾਤ ਤੁਹਾਨੂੰ ਸਲਾਮਤ ਰੱਖੇ ਮਲਕ ਜੀ। ਪ੍ਰੋਗਰਾਮ ਤਾਂ ਬਹੁਤ ਅੱਛੀਆਂ ਗੱਲਾਂ ਕਰ ਰਹੇ ਹੋ ਜਨਾਬ, ਅੱਲਾਹ ਤਾਲਾ ਤੁਹਾਨੂੰ ਨਵੀਂ ਜ਼ਿੰਦਗੀ ਦੇਵੇ, ਸਿਹਤ ਦੇਵੇ। ਬਿਲਕੁਲ, ਇਹ ਬੱਚਿਆਂ ਦੀ ਜਿਹੜੀ ਗੱਲ ਕੀਤੀ ਨੇ, ਬਿਲਕੁਲ ਮਾਂ ਪਿਓ ਦੀ ਲਾਪਰਵਾਹੀ ਹੈ। ਹਾਂ, ਬਾਕੀ ਜ਼ਿਆਦਾ ਤਾਲੀਮ ਜਿਹੜੀ ਦਿੱਤੀ ਜਾਂਦੀ ਹੈ ਇਸ ਨਾਲ ਬੱਚਿਆਂ ਦੇ ਜ਼ਿਹਨ ਜ਼ਿਆਦਾ ਖਰਾਬ ਹੁੰਦੇ ਹਨ। ਦੀਨ ਦੇ ਬਾਰੇ ਜ਼ਿਆਦਾ ਤਾਲੀਮ ਦਿੱਤੀ ਵਜ੍ਹਾ ਤਾਂ ਬੱਚੇ ਸੁਣਦੇ ਹਨ। ਅਖਲਾਕੀਆਤ ਬਹੁਤ ਜ਼ਰੂਰੀ, ਬੱਚੇ ਦੇ ਮਾਂ ਪਿਓ ਦੇ ਨਾਨਿਆਂ ਦਾਦਿਆਂ ਕੋਲ ਬਹਿਣਾ ਚਾਹੀਦਾ, ਪੁੱਛਣਾ ਚਾਹੀਦਾ ਬਾਈ ਇਹ ਸਾਡਾ ਚਾਚਾ ਮਾਮਾ ਮਾਮੀ ਹੈ ਕੌਣ ਹੈ, ਖੂਬਸੂਰਤ ਤਰੀਕੇ ਨਾਲ ਆਖਿਆ ਜੀ। ਕੌਣ ਤੇ ਕਿੱਥੋਂ ਜੀ? ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ, ਤੁਹਾਡੀਆਂ ਦਵਾਈ ਜੀ ਭਾਈ। ਕੌਣ ਤੇ ਕਿੱਥੋਂ ਜੀ? ਮੈਂ ਜ਼ਫਰ ਇਕਬਾਲ ਕਰੋੜਾਲ ਤੋਂ ਜੀ ਆਇਆ ਨੂੰ। ਜ਼ਫਰ ਭਾਈ, ਮੋਹਤਰਮਾ, ਤੁਸੀਂ ਪਿਛਲੀ ਦਫ਼ਾ ਤੁਹਾਨੂੰ ਆਖਿਆ ਹੈ ਬਈ ਕੋਈ ਜਿਹੜਾ ਕਲਾਮ ਸ਼ਲਾਮ ਸੁਣਾ ਕੇ ਗਾਇਆ ਕਰੋ, ਕਦੀ ਕਦੀ ਤੁਹਾਨੂੰ ਮੌਕਾ ਮਿਲਦਾ। ਮੇਰਾ ਵੀਰ ਇਹ ਇੱਕ ਬੈਠਕ ਸਮਝ ਰਹੋ ਜਾਂ ਚੁੱਲ੍ਹ ਸਮਝ ਰਹੋ, ਜਿੱਥੇ ਦੁੱਖ ਸੁੱਖ ਬਹਿ ਕੇ ਅਤੇ ਕੀਤੇ ਵੈਂਦੇ ਨਾ, ਕਲਾਮ ਸੁਣਾਵਣ ਦੀਆਂ ਹੋਰ ਜਗ੍ਹਾ ਬਥੇਰੀਆਂ। ਚਲੋ ਕੋਸ਼ਿਸ਼ ਕਰ, ਸਾਰੇ ਨਾਲ ਖਾਸ ਕਰੋ ਇਤਵਾਰ ਵਾਲੇ ਦਿਹਾੜੇ ਕੋਸ਼ਿਸ਼ ਕਰੀ ਦੀ। ਚਲੋ ਠੀਕ ਹੋ ਗਿਆ ਮੋਮੀ ਸ਼ਾਹ ਜੀ, ਮੈਂ ਜੀ ਬਹੁਤ ਮਿਹਰਬਾਨੀ ਤੁਹਾਡੀਆਂ ਮੁਹੱਬਤਾਂ ਹਨ ਜਨਾਬ। ਅੱਛਾ, ਆਪਦਾ ਉਹ ਕਣਕ ਦੀ ਗੱਲ ਪਈ ਹੁੰਦੀ ਆਈ, ਅਤੇ ਅੱਜ ਮੈਂ ਉੱਥੋਂ ਤੁਰਿਆ ਨਾ ਸਟੂਡੀਓ ਲਾਉਣ ਵਾਸਤੇ, ਅਤੇ ਤੱਕਿਆ ਨਾ ਅਤੇ ਟਰੱਕ ਖੜਾ ਆ, ਉਹ ਕਣਕ ਨੂੰ ਉਹ ਜਿਹੜੀ ਹੈ ਸੁਸਰੀ ਲੱਗਦੀ ਹੈ ਨਾ, ਗੁਣ ਗੁਣ ਤਾਂ ਹੁੰਦਾ, ਉਹ ਗੁਣ ਲੱਗੀ ਹੋਈ, ਗੁਣ ਲੱਗੀ ਹੋਈ ਕਣਕ, ਗੁਣ ਰੁੱਖਾਂ ਨੂੰ ਖਾ ਪੈਂਦਾ, ਉਹ ਸੁਸਰੀ ਮੇਰਾ ਖਾ ਲਿਆ, ਆਟੇ 'ਚ ਪੈ ਪੈਂਦੀ ਹੈ ਕਣਕ ਦੇ ਵਿੱਚ, ਇੱਕ ਅਜੀਬ ਜਿਹਾ ਉਹ ਕੀੜਾ, ਉਹ ਜਿਹੜਾ ਨਾ ਮਸ਼ੀਨ ਦੇ ਪੀਣ ਤੋਂ ਪਹਿਲਾਂ ਹੀ ਉਹਨੂੰ ਪੀ ਛੱਡਦਾ, ਉਹ ਮੈਂ ਆਉਂਦਿਆਂ ਵੇਖਿਆ ਹੀ ਨਹੀਂ, ਅਤੇ ਉਹ ਬੋਰੀਆਂ ਉੱਤੇ ਪਈਆਂ ਨੇ, ਅਤੇ ਜਨਾਬ ਬੋਰੀਆਂ ਦੇ ਵਿੱਚੋਂ ਨਾ ਉਹ ਆਟਾ ਥੱਲੇ ਡਾਂਦਾ ਪਿਆ, ਠੀਕ, ਜਿਹੜਾ ਉਹ ਕੀੜਾ ਲੱਗਾ ਉਹਨਾਂ ਨੂੰ। ਸਹੀ, ਕਣਕ ਲੈਣ ਤੋਂ ਬਗੈਰ ਗੁਜ਼ਾਰਾ ਨਹੀਂ, ਬਿਲਕੁਲ ਨਹੀਂ ਐਵੇਂ, ਔਰ ਸਾਡੇ ਲੋਕ ਜ਼ਿਆਦਾਤਰ ਇਹ ਨਾ ਸਾਲ ਦੀ ਕਣਕ ਲੈ ਕੇ ਰੱਖ ਲੈਂਦੇ ਨੇ ਜੀ। ਹਾਂ, ਕਣਕ ਲੈਣ ਤੋਂ ਗੁਜ਼ਾਰਾ ਬਗੈਰ ਨਹੀਂ ਹੈ, ਬਿਲਕੁਲ ਲੈਣੀ ਪੈਣੀ। ਕੋਸ਼ਿਸ਼ ਕਰੋ ਕਿ ਜਿਹੜੇ ਆਲ ਦੁਆਲੇ ਸਾਡੇ ਜ਼ਿਮੀਦਾਰ ਸੱਜਣ ਮਿੱਤਰ ਪੈਣਾ ਬਿਰਾਜ ਸਾਡੇ, ਮਤਲਬ ਕਿ ਤਲਕ ਵਾਸਤੇ ਵੀ ਹੁੰਦੇ ਜੀ, ਆ ਕੋਸ਼ਿਸ਼ ਕਰੋ ਪੀੜਾਂ ਦੇ ਉੱਤੇ ਹਾਂ ਨਵੀਂ ਕਣਕ ਜਿਹੜੀ ਚਵੀ ਵੀ ਹੋਰ ਚਾਹੋ ਉਹ ਚਾਹੋ, ਉਹਦੇ ਨਾਲ ਦੋ ਫਾਇਦੇ ਉਸ, ਇੱਕ ਤਾਂ ਤੁਹਾਨੂੰ ਸੁੱਚਲ ਮਾਲ ਲਿਪਸੀ,
ਹਾਂ ਤੁਸੀਂ ਉਲਾਮਾ ਦੇ ਸਕਦੇ ਹੋ ਅਗਰ ਉਹਦੇ ਵਿੱਚ ਕਮੀ ਪੇਸ਼ੀ ਨਿਕਲੇ ਤਾਂ। ਦੂਜਾ ਫਾਇਦਾ ਪਤਾ ਕੀ ਹੋ ਸੀ, ਜਿਸ ਬੰਦੇ ਮਿਹਨਤ ਕੀਤੀ ਹੈ, ਜਿਸ ਬੰਦੇ ਦਿਨ ਰਾਤ ਲਾ ਕੇ ਅਤੇ ਰਾਤੀ ਉਸ ਫਸਲ ਨੂੰ ਪਾਣੀ ਲਾਇਆ, ਬਿਲਕੁਲ ਪਾਣੀ ਲਾਇਆ, ਸਪਰੇ ਕੀਤਾ, ਮਿਹਨਤ ਕੀਤੀ ਹੈ, ਤਾਂ ਕਿ ਅਗਰ ਮਿਸਾਲ ਦੇ ਤੌਰ 'ਤੇ ਇੱਕ ਸਾਡੇ ਸੱਜਣ ਉਹਨਾਂ ਦੀ ਕਣਕ ਹੋਈ ਹੈ ਜੀ 150 ਮਣ, ਸਹੀ, ਵਿੱਚੋਂ 25-30 ਮਣ ਉਹਨਾਂ ਘਰ ਰੱਖ ਲਈ, ਬਾਕੀ ਮਤਲਬ 125 ਮਣ ਜਿਹੜਾ ਉਹ ਅਗਰ ਸੇਲ ਨਹੀਂ ਹੁੰਦੀ ਪਈ, ਉਸ ਗਰੀਬ ਦਾ ਲੱਕ ਤਾਂ ਤਰੁੱਟ ਨਾ ਗਿਆ, ਬਿਲਕੁਲ ਉਹ ਤਾਂ ਅਗਲੇ ਸਾਲ ਹੋ ਸਕਣਾ, ਮੈਂ ਇਹ ਦੌਰਾਨ ਦੇ ਵੱਧ ਤੋਂ ਪਿਛਲੀ ਵਾਰੀ ਜਿਵੇਂ ਤਿਲਾਂ ਦੀ ਗੱਲ ਪਾ ਕਰਦੇ ਹਾਂ, ਉਹ ਸਕਣਾ ਤਿਲ ਜਿਹੜਾ ਉਹ ਜੇ 25-30 ਹਜ਼ਾਰ ਤੋਂ ਮਣ ਵਿਕਦਾ ਪਿਆ, ਕਿਉਂ ਨਾ ਮੈਂ ਉਹ ਨਾ ਲਾ ਲਵੇਂ। ਲਿਹਾਜ਼ਾ ਫਾਇਦਾ ਇਹ ਹੋ ਬਈ ਸੀ, ਪਿੜ ਤੋਂ ਤੁਸੀਂ ਕਣਕ ਚਿੰਦੇ ਪਏ ਹੋ ਨਾ, ਉਹਦੇ ਨਾਲ ਕਿ ਉਸ ਜ਼ਿੰਮੇਦਾਰ ਨੂੰ ਉਹਦਾ ਵੀ ਭੱਲਾ ਹੋ ਗਿਆ, ਤੁਹਾਨੂੰ ਵੀ ਸੁਥਰਾ ਮਾਲ ਲੱਭ, ਸੁਥਰਾ ਮਾਲ ਲੱਭ ਸੀ। ਇੱਥੋਂ ਤੁਸੀਂ ਜਨਾਬ ਆਉਣਿਆਂ ਪਾਉਣਿਆਂ ਪੈਸਿਆਂ ਦੇ ਵਿੱਚ ਤੁਸਾਂ ਮਾਲ ਤਾਂ ਗਿਆ ਲੱਭ ਤੁਹਾਨੂੰ, ਲੇਕਿਨ ਹੋ ਸਕਦਾ 10 ਬੋਰੀਆਂ ਲਈਆਂ ਨਾ, ਅਤੇ ਉਹਦੇ 'ਚ 3 ਕੰਮ ਦੀਆਂ ਆਉਣ ਅਤੇ ਚੌਥੀ ਤੱਕ ਕੱਪੜਦਿਆਂ ਹੋ ਸਕਿਆ ਉਹ ਕੀੜਾ ਸਾਰੀ ਨੂੰ ਖਾ ਵਜੇ, ਸਟੋਰ ਵਾਲੀ ਹੋਣੀ ਤਾਂ ਤਾਂ ਉਸਨੂੰ ਗੁਣ ਲੱਗੇ ਉਹ ਪੁਰਾਣੀ ਕਣਕ ਹੈ। ਕੀ ਮਿਆਰ ਹੈ, ਕੀ ਸਾਡੇ ਕੋਲ ਪਰਖ ਪਰਚੋਲ ਹੈ, ਕੀ ਸਾਡੇ ਕੋਲ ਮਸ਼ੀਨ ਹੈ ਕਿ ਜਿਹੜੀ ਦੱਸ ਸਕੇ ਬਈ ਕਿਤਨੀ ਪੁਰਾਣੀ ਕਣਕ ਹੈ। ਲਿਹਾਜ਼ਾ ਮੈਂ ਇਹ ਨਹੀਂ ਆਖਦਾ ਕਿ ਨਾ ਕਰੋ, ਉਹ ਵੀ ਆਖਿਰਕਾਰ ਸੇਲ ਵਾਲੀ ਹੈ, ਲੇਕਿਨ ਕੋਸ਼ਿਸ਼ ਕਰੋ ਪੈਸੇ ਬਚਾਉਣ ਦੇ ਚੱਕਰ ਵਿੱਚ ਨਾ ਸਾਰਾ ਨੁਕਸਾਨ ਹੀ ਨਾ ਕਰ ਪਵਣ, ਆਪਣੇ ਜਾਤਕਾਂ ਵਾਸਤੇ 8000 ਨਾ ਖਰੀਦੋ, ਕੋਸ਼ਿਸ਼ ਕਰੋ, ਵੇਖੋ, ਸਾਫ਼ ਸੁਥਰੀ ਚੀਜ਼ ਲਵੋ। ਅਤੇ ਇਹ ਜਿਹੜੀਆਂ ਖਾਸ ਗੱਲਾਂ ਹੁੰਦੀਆਂ ਨਾ, ਇਹਨਾਂ ਦਾ ਮਕਸਦ ਮਾਜ਼ ਇਹ ਹੀ ਹੁੰਦਾ, ਸਾਡਾ ਇਸ ਜਿਹੜਾ ਨਾ ਡੇਰੇ ਦਾ ਕੰਮ ਇਹੀ ਹੈ ਕਿ ਅਸੀਂ ਆਪਣੇ ਆਲ ਦੁਆਲ ਦੀ ਗੱਲ ਕਰੀਏ। ਔਰ ਜਾਮਿਆ ਸਰਗੋਧਾ ਦੇ ਵਿੱਚ ਇੱਕ ਬਹੁਤ ਵੱਡਾ ਸਾਰਾ ਇਕੱਠ ਹੋ ਰਿਹਾ ਜੀ, ਮਹਿਫਲ ਮੁਸ਼ਾਇਰਾ ਹੋ ਰਹੀ ਹੈ, ਸਾਡੇ ਮੈਂ ਲਫ਼ਜ਼ ਵਰਤਾਂਗਾ ਜਗਤ ਉਸਤਾਦ, ਠੀਕ, ਉਹ ਜਗਤ ਉਸਤਾਦ ਇੰਝ ਹੈ ਕਿ ਬਈ ਇਸ ਟਾਈਮ 'ਤੇ ਕਮਮ ਬੇਸ਼ ਨਾ ਸਟੂਡੀਓ ਵਿੱਚ 2 ਹਸਤੀਆਂ ਤੇ ਐਸੀਆਂ ਆਏ ਨੇ ਜਿਹੜੀਆਂ ਉਹਨਾਂ ਨੂੰ ਉਸਤਾਦ ਮੰਨਦੀਆਂ, ਠੀਕ, ਉਸਤਾਦਾਂ ਦੇ ਉਸਤਾਦ ਆ, ਉਸਤਾਦਾਂ ਦੇ ਤਾਂ ਨਾ ਅਕਸਾ ਸੀ ਤੇ ਉਸਤਾਦ ਕੋਈ ਨਹੀਂ ਸੀ। ਇੱਕ ਤਾਂ ਮੈਂ ਆਪਣੇ ਆਪ ਨੂੰ ਇਸ ਮਾਣ ਦੀ ਜਗ੍ਹਾ ਸਮਝਣਾ ਕਿ ਮੈਨੂੰ ਉਹਨਾਂ ਅੱਖੀ ਬੰਦ ਕਰਕੇ ਆਖਿਆ ਕਿ ਮੋਮਿਨ ਸ਼ਾਹ ਮੁਸ਼ਾਇਰੇ ਵਾਲਾ ਮਹਿਕ ਹੋਰ ਹੁੰਦਾ ਤੇ ਰੇੜੀ ਵਾਲਾ ਮਹਿਕ ਹੋਰ ਹੁੰਦਾ, ਸਹੀ। ਲਿਹਾਜ਼ਾ ਆਪਣੇ ਜ਼ਿਹਨ ਦੀ ਤਖਤੀ ਦੇ ਉੱਤੇ ਲਫ਼ਜ਼ ਲਿਖ ਕੇ ਅਤੇ ਫਿਰ ਕਿਸੇ ਆਣ ਡਿੱਠੇ ਮਹਿਬੂਬ ਦੇ ਨਾਲ ਗੱਲਾਂ ਕਰੇਗਾ ਤਾਂ ਤੈਨੂੰ ਆਏਗਾ ਸਵਾਦ। ਅੱਛਾ ਜੀ, ਮੈਂ ਉਹਨਾਂ ਨੂੰ ਆਪਣਾ ਉਸਤਾਦ ਮੰਨਿਆ, ਠੀਕ। ਦੂਜਾ ਉਹਨਾਂ ਦਾ ਸ਼ਾਗਿਰਦ ਜਨਾਬ ਜਿਹੜਾ ਸਾਡਾ ਬਾਸ ਹੈ ਰਾਣਾ ਸਾਕਬਲ ਮਾਸ ਸਾਹਿਬ ਜਿਹੜੇ ਨੇ, ਇਹ ਵੀ ਪ੍ਰੋਫੈਸਰ ਰਿਆਜ਼ ਸ਼ਾਹ ਸਾਹਿਬ ਦੇ ਸ਼ਾਗਿਰਦਾਂ ਵਿੱਚ ਸ਼ੁਮਾਰ ਹੁੰਦਾ, ਠੀਕ। ਪ੍ਰੋਫੈਸਰ ਰਿਆਜ਼ ਸ਼ਾਹ ਸਾਹਿਬ ਇਸ਼ਤੀ ਖੁਦਾ ਬੰਦੇ ਕੁਦੂਸ ਦੀ ਕਰੀਮ ਜ਼ਾਤ ਉਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਕਰੇ, ਉਹਨਾਂ ਦੀ ਯਾਦ ਵਿੱਚ ਆਲ ਪਾਕਿਸਤਾਨ ਪੰਜਾਬੀ ਮਹਿਫਲ ਮੁਸ਼ਾਇਰਾ ਦਾ ਪ੍ਰਬੰਧ ਹੋ ਰਿਹਾ 21 ਤਾਰੀਖ ਨੂੰ, ਠੀਕ, ਜਿਹਦੇ ਵਿੱਚ ਸਿਰ ਕਢਵੇਂ ਨਾਂ ਔਰ ਇੱਕ ਹੀਰ ਗਾਇਕਾ ਸਾਡੀ ਹੈ ਮੁਬੀਨਾ ਅਕਬਰ, ਨਨਕਾਣਾ ਸਾਹਿਬ ਦੇ ਰਹਿਣ ਵਾਲੀ ਹੈ, ਹਾਂ ਬਿਲਕੁਲ, ਉਹ ਵੀ ਆ ਰਹੀ ਹੈ, ਠੀਕ। ਔਰ ਸ਼ੁਰਾਏ ਕਰਾਮ ਦੇ ਸਾਰਿਆਂ ਦੇ ਨਾਂ ਜਿਹੜੇ ਨੇ ਮੈਨੂੰ ਚੀਦਾ ਚੀਦਾ ਲੋਕਾਂ ਦਾ ਪਤਾ, ਲੇਕਿਨ ਮੈਂ ਨਹੀਂ ਚਾਹੁੰਦਾ ਕਿ ਮਤਲਬ ਕਿਸੇ ਦਾ ਮਿਸ ਹੋ ਗਿਆ, ਕੱਲ੍ਹ ਮੈਂ ਸਾਰੇ ਨਾਂ ਲਿਖ ਕੇ ਲੈ ਆਵਾਂਗਾ ਔਰ ਸਾਰਿਆਂ ਦੋਸਤਾਂ ਨੂੰ ਦੱਸਾਂਗਾ। ਔਰ ਕੋਸ਼ਿਸ਼ ਕਰੋ ਇਹ ਜਿਹੜੀ ਅਦਬੀ ਇਕੱਠ ਹੁੰਦੇ ਨੇ ਇਹਨਾਂ ਦੇ ਵਿੱਚ ਆਇਆ ਜਾਇਆ ਕਰੋ, ਸੁਣਿਆ ਕਰੋ, ਔਰ ਇਹਦੇ ਨਾਲ ਪੰਜਾਬੀ ਜ਼ਬਾਨ ਨੂੰ ਅਦਬ ਦੇ ਵਧਾਅ ਵਾਸਤੇ ਜੀ ਜਾਮਿਆ ਸਰਗੋਧਾ ਹੈ ਜਿਹੜਾ ਕੰਮ ਕਰ ਰਹੀ ਹੈ ਨਾ, ਮੈਂ ਆਦਾਂ ਜਿਤਨਾ ਸੋਹਣਾ ਕੰਮ ਹੈ ਉਤਨਾ ਹੈ। ਅਤੇ ਸੱਜਣੋ ਕਾਲ ਦਾ ਨੰਬਰ ਹੈ 0482932798, ਯਾਨੀ ਕਿ ਅਗਰ ਤੁਸੀਂ ਮੋਬਾਈਲ ਤੋਂ ਕਰਦੇ ਹੋ ਜਾਂ ਸ਼ਹਿਰ ਤੋਂ ਬਾਹਰੋਂ ਕਾਲ ਕਰਦੇ ਹੋ ਤਾਂ ਉਹਦੇ ਵਾਸਤੇ ਵੀ ਕਾਲ ਲਓ ਜੀ, ਨੰਬਰ ਦੱਸਣ ਦੀ ਲੋੜ ਆਈ ਤੇ ਆ ਗਿਆ ਜੀ, ਥੋੜ੍ਹਾ ਜਿਹਾ ਉੱਚਾ ਬੋਲੋ ਜੀ,
ਜੀ ਅਸਲਾਮ ਵਾਲੇਕੁਮ ਸ਼ਾਹ ਜੀ। ਜੀ ਬਿਸਮਿਲ੍ਲਾ, ਮਜੀਦ ਕਾਦਰੀ ਸਾਹਿਬ ਜੀ, ਭਲਾ ਹੋਵੇ, ਖੁਸ਼ ਰਹੋ, ਮਾਸ਼ਾਅੱਲਾ, ਬੜੀਆਂ ਸੋਹਣੀਆਂ ਮੁਹੱਬਤ ਭਰੀਆਂ, ਪਿਆਰ ਭਰੀਆਂ, ਮਾਲੂਮਾਤੀ ਗੱਲਾਂ ਕਰਦੇ ਬੈਠੇ ਹੋ। ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ। ਸ਼ਫਾਏ ਕਾਮਲਾ ਅਜਲਾ ਦੇਵੇ ਔਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਅੱਲਾ ਉਸਦਾ ਹੱਲ ਕੱਢੇ ਤੇ ਜਿਉਂਦੇ ਵਸਦੇ ਰਹਿਣ। ਛੋਟਿਆਂ ਛੋਟਿਆਂ ਕਰ ਦਿੱਤਾ ਜਟਾਨਾ ਹੁੰਦੇ ਸਾਂ, ਵਟਿਆਂ ਵਟਿਆਂ ਕਰ ਦਿੱਤਾ ਜੀ। ਵਾਹ ਜੀ, ਹਰਨਾ ਵਾਂਗ ਨੱਸਦੇ ਸਾਂ, ਛੋਟੇ ਲੋਕਾਂ ਨੂੰ ਵੱਡਿਆਂ ਵੱਡਿਆਂ ਕਰ ਦਿੱਤਾ ਜੀ। ਵਾਹ, ਅਕਲਾਂ ਦਲੀਲਾਂ ਕੱਢ ਲਈਆਂ ਨੀ, ਬੱਚਿਆਂ ਵਰਗਾ ਕਰ ਦਿੱਤਾ ਜੀ। ਕਾਦਰੀ ਸਾਹਿਬ ਤੁਸੀਂ ਚਿਹਰਾ ਤੜ ਜੋ, ਮਾਲਕ ਤੁਹਾਨੂੰ ਮਾਲਕ ਤੁਹਾਨੂੰ ਸਲਾਮਤ ਰੱਖੇ। ਆਪਦਾ ਦੀਵਾ ਮਿੱਟੀ ਦਾ ਹੋਵੇ ਜਾਂ ਚਾਂਦੀ ਦਾ, ਉਹਦਾ ਕੰਮ ਹੈ ਰੋਸ਼ਨੀ ਕਰਨਾ, ਕੋਈ ਫਰਕ ਨਹੀਂ ਪਾਉਂਦਾ, ਕੋਈ ਫਰਕ ਨਹੀਂ ਪਾਉਂਦਾ, ਕੰਮ ਦੋਵਾਂ ਦਾ ਇੱਕੋ। ਹਾਂ, ਲੇਕਿਨ ਫਰਕ ਇੱਕ ਥਾਂ ਤੇ ਪਾਉਂਦਾ ਜਾਂ ਹਨੇਰੇ ਦੇ ਵਿੱਚ ਜੇ ਮਿੱਟੀ ਵਾਲੇ ਦੀਵੇ 'ਚ ਚਾਨਣ ਬਾਲਾ ਆਇਆ ਨਾ ਤੇ ਉੱਥੇ ਫਰਕ ਹੈ। ਸਹੀ। ਸੋ ਜਿਹੜਾ ਹੋਏਗਾ ਨਾ ਚਾਂਦੀ ਦਾ ਜਾਂ ਲੋਹੇ ਦਾ ਦੀਵਾ ਹੋਏਗਾ, ਉਹ ਤਪ ਜਾਏਗਾ ਕੁਛ ਦੇਰ ਤੋਂ ਬਾਅਦ, ਉਹ ਭਭਕਣ ਲੱਗ ਪਊ ਸੀ, ਪੰਜਾਬੀ ਦਾ ਲਫ਼ਜ਼ ਹੈ, ਜਿਵੇਂ ਬੱਤੀ ਭਭਕਣ ਲੱਗ ਪਊਗੀ। ਹਾਂ ਬਿਲਕੁਲ ਬਿਲਕੁਲ, ਭਭਕਦਾ। ਹਾਂ, ਉਹ ਤਪ ਵਿੱਚ ਸੀ ਤੇ ਉਹ ਭਭਕਣ ਲੱਗ ਪਊ ਸੀ। ਠੀਕ। ਦੀਵਾ ਬਣੋ ਤੇ ਚਾਂਦੀ ਦਾ ਜਾਂ ਪਿੱਤਲ ਦਾ ਜਾਂ ਸੋਨੇ ਦਾ ਨਾ ਬਣੋ, ਮਿੱਟੀ ਦਾ ਬਣੋ। ਮਿੱਟੀ ਦੇ ਅੰਦਰ ਠੰਡਕ ਹੈ, ਮਿੱਟੀ ਉਹ ਕਾਲਾ ਹੋਵੇ ਸੀ, ਉਹਦੇ 'ਚ ਵੱਟ ਜਿਹੜੀ ਪਾਈ ਹੋਈ ਹੈ ਉਹਨੂੰ ਪਿੱਛੇ ਤੁਸੀਂ ਤੇਲ ਦੇ ਕੋਲ ਜਾ ਕੇ ਹੱਥ ਲਾਓਗੇ ਤੇ ਉਹ ਠੰਡਾ ਹੋਵੇਗਾ, ਤੇ ਜਿਹੜਾ ਲੋਹੇ ਦਾ ਹੋਵੇਗਾ ਜਾਂ ਚਾਂਦੀ ਦਾ ਹੋਵੇਗਾ ਤਾਂ ਉਹਦੇ 'ਚ ਹੱਥ ਪਾਓਗੇ ਤੇ ਉਹ ਤੇਲ ਗਰਮ ਆਇਆ। ਬਿਲਕੁਲ। ਲਿਹਾਜ਼ਾ ਕੋਸ਼ਿਸ਼ ਕਰੋ, ਕੰਮ ਅਜਿਹਾ ਕਰੋ ਕਿ ਤੁਹਾਡੀ ਰੂਹ ਤੱਕ ਸਕੂਨ 'ਚ ਹੋਵੇ, ਸਿਰਫ ਲਫਜ਼ਾਂ ਨਾਲ ਨਹੀਂ, ਕੰਮ ਜੇ ਕਰੋ, ਕੰਮ ਜੇ ਕਰੋ ਨਾ ਆਪਣੀ ਧਰਤੀ ਦੇ ਉੱਤੇ, ਇੰਝ ਦਾ ਬੂਟਾ ਸਾਬਤ ਹੋਵੋ ਤਾਂ ਕਿ ਲੋਕ ਗੁਣਛਾਵਾਂ ਰੁੱਖ ਮੰਨਣ ਤੁਹਾਨੂੰ। ਦੁਨੀਆ ਅੱਜ ਇੱਥੇ ਆ, ਕੱਲ੍ਹ ਵੇਖੋ ਨਾ ਤੁਸੀਂ, ਬੜੇ ਬੜੇ ਵੱਡੇ ਆਏ ਲੋਕ, ਬੜੀਆਂ ਬੜੀਆਂ ਵੱਡੀਆਂ ਹਸਤੀਆਂ, ਬੜੇ ਬੜੇ ਵੱਡੇ ਅਦੀਬ ਆਏ, ਬੜੇ ਬੜੇ ਕਲਮਕਾਰ ਆਏ, ਅੰਬਿਆ ਅਲੈਹ ਸਲਾਮ ਆਏ, ਬਿਲਕੁਲ ਆਪਣਾ ਆਪਣਾ ਵਕਤ ਨਿਭਾ ਕੇ ਟੁਰ ਗਏ। ਉਹ ਆਹਦੇ ਨੇ ਕਿ ਜਿਹੜਾ ਚੜ੍ਹਿਆ ਉਸ ਲਾਹਣਾ ਹੈ। ਲੇਕਿਨ ਅੱਬ ਤਾਂ ਕੁਝ ਐਸੇ ਨੇ ਕਿ ਜਿਹੜੇ ਆਪਣੇ ਕੰਮਾਂ ਦੀ ਵਜ੍ਹਾ ਤੋਂ ਜ਼ਿੰਦਾ ਨੇ, ਜਿਨ੍ਹਾਂ ਦਾ ਕਿਰਦਾਰ ਚੰਗਾ ਹਾ ਅਤੇ ਸਭ ਜ਼ਿਆਦਾ ਮੁਸ਼ਤਾਕ ਨੇ ਜੰਗ ਦੇ ਸ਼ਾਇਰ ਉਹ ਆਦਿ ਨੇ ਕਿ ਮਰ ਗਿਆ ਵੀ ਕਬਰ 'ਤੇ ਰਸ਼ ਰਹਿੰਦਾ ਹੈ ਬੰਦਾ ਕੁਝ ਇਨਸਾਨ ਤਾਂ ਹੋਵੇ। ਬਿਲਕੁਲ। ਸੋ ਇੱਕ
ਮੇਰਾ ਇੱਕ ਸ਼ੇਰ ਆ ਕਿ ਜਿਹੜੇ ਖੁਲ ਖਲੂਸ ਦੇ ਜਜ਼ਬੇ ਨਹੀਂ ਇੰਜੇ ਆਰ ਸਲਾਮਤ ਰੱਖੇ, ਜਿਹੜੇ ਖੁਲ ਖਲੂਸ ਦੇ ਜਜ਼ਬੇ ਨਹੀਂ ਇੰਜੇ ਆਰ ਸਲਾਮਤ ਰੱਖੇ, ਜਿਹੜੇ ਆਪ ਦੀ ਧੋਨੀ ਸੰਗਤਾਂ ਨੂੰ ਉਹ ਬਾਹਰ ਸਲਾਮਤ ਰੱਖੇ। ਅਤੇ ਪਿੱਛੇ ਗੱਲ ਦੇ ਵਹਿੰਦਾ ਸਿਰ ਕਰਕੇ ਦਸਤਾਰ ਸਲਾਮਤ ਰੱਖੇ, ਨਹੀਂ ਤੇ ਕਬਰ ਪੁਣੀ ਸੀ ਆ ਮੋਮਿਨ ਸ਼ਾਹ ਕਿਰਦਾਰ ਸਲਾਮਤ ਰੱਖੇ। ਜੇ ਤੁਹਾਡਾ ਕਿਰਦਾਰ ਠੀਕ ਹੈ ਨਾ ਬਿਲਕੁਲ ਤੇ ਤੁਹਾਡਾ ਜੀ ਕਾਲ ਹੈ ਨਿਕਾਲ ਲਵੋ। ਅਸਲਾਮ ਅਲੈਕੁਮ ਜੀ, ਕਾਲ ਆਈ ਕੱਟੀ ਗਈ, ਕੋਈ ਨੀ ਜੀ, ਦੁਬਾਰਾ ਕਾਲ ਕਰੋ ਜੀ 0848 93 798। ਜੀ ਕੌਣ ਤੇ ਕਿੱਥੋਂ ਜੀ? ਹੈਲੋ ਜੀ, ਹਾਂ ਆਵਾਜ਼ ਆਈ ਆਈ ਥੋੜੀ ਜੀ ਤੇ ਵੱਧ ਲੱਗੀ ਗਈ, ਹੁਣ ਦੁਬਾਰਾ ਕੋਸ਼ਿਸ਼ ਕਰੋ ਤੇ ਜ਼ਰਾ ਉੱਚਾ ਬੋਲਿਆ। ਅਸਲਾਮ ਅਲੈਕੁਮ ਜੀ, ਵਾਲੇਕੁਮ ਸਲਾਮ ਜੀ, ਆਇਆਂ ਨੂੰ ਬਾਲਾ ਬੋਲ ਰਿਹਾ, ਕੀ ਹਾਲ ਜੀ? ਅਲਹਮਦੁਲਿਲਾ ਜੀ, ਭਾਈ ਸਾਹਿਬ ਸਤਿ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਬੜੀ ਮਿਹਰਬਾਨੀ, ਮਾਸ਼ਾਅੱਲਾ ਇੱਕ ਬਹਿਣ ਆਪਦਾ ਵੀ ਆਈ ਹੈ ਤੇ ਬੜਾ ਅੱਛਾ ਪ੍ਰੋਗਰਾਮ, ਬਹੁਤ ਅੱਛੀਆਂ ਗੱਲਾਂ ਕਰ ਰਹੇ ਹੋ ਤੇ ਤੁਸੀਂ ਅਹਿਸਾਸ ਉੱਤੇ ਕਰ ਰਹੇ ਹੋ ਗੱਲਬਾਤ, ਅਹਿਸਾਸ ਜਿਹੜਾ ਸਾਡੇ ਅੰਦਰ ਬਿਲਕੁਲ ਹੀ ਖਤਮ ਹੁੰਦਾ ਜਾ ਰਿਹਾ। ਤੇ ਦੂਸਰਾ, ਅਗਰ ਕੋਈ ਗੱਲਬਾਤ ਬੰਦਾ ਕੋਈ ਕਰਦਾ ਕਿਸੇ ਮੁੱਦੇ ਤੇ ਵੀ, ਕੋਈ ਬੰਦਾ ਗੱਲ ਕਰ ਰਿਹਾ ਹੁੰਦਾ, ਬੰਦੇ ਨੇ ਦਲੀਲ ਦੇ ਕੇ ਅੱਗੇ ਗੱਲ ਚਲਾਉਣੀ ਹੁੰਦੀ ਹੈ, ਸੁਣਨ ਵਾਲੇ ਫਟਾਫਟ ਵਿੱਚ ਜਨਾਬ ਉਹ ਤੁਹਾਡੇ ਆ ਜਾਣਗੇ, ਖੁੱਲ ਕੇ ਜਨਾਬ ਤੁਹਾਨੂੰ ਦੌੜਾਂ ਵਿੱਚ ਆ ਜਿਹੜਾ ਅੱਜ ਕੱਲ੍ਹ ਤੁਸੀਂ ਦੌੜੇ ਆਖਦੇ ਹੋ ਨਾ ਜਿਹੜੇ, ਭਾਈ ਸਾਹਿਬ ਤੁਸੀਂ ਜੀਓ, ਔਰ ਜਿਹੜੀ ਤੁਸੀਂ ਦਲੀਲ ਨਾਲ ਗੱਲ ਕਰਦੇ ਹੋ ਨਾ ਇਸ ਦਾ ਜਵਾਬ ਨਹੀਂ ਹੈ। ਮਾਲਕ ਤੁਹਾਨੂੰ ਸਲਾਮਤ ਰੱਖੇ। ਅਸਾਂ ਸਾਡੀ ਜ਼ਾਤੀ ਕੋਸ਼ਿਸ਼ ਹੁੰਦੀ ਅਗਰ ਕੋਈ ਸ਼ੇਰ ਸੁਣਾਈਦਾ ਨਾ ਤਾਂ ਸ਼ੇਰ ਤੋਂ ਵੀ ਕੁਛ ਨਾ ਕੁਛ ਅਸਾਂ ਪੋਜ਼ਿਟਿਵ ਜਿਹੜੀ ਚੀਜ਼ ਕੱਢੀ ਦੀ। ਜੀ ਕਾਲਕ ਹੋਰ ਆਈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ, ਪ੍ਰਵੀਨ ਬੁੱਟਾ ਕਿਰਾਣਾ ਵੀ ਉੱਥੋਂ ਬੋਲ ਰਹੀ ਹਾਂ ਜੀ। ਆਇਆਂ ਨੂੰ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਤੁਹਾਨੂੰ ਵੀ ਪ੍ਰੋਗਰਾਮ ਵਿੱਚ ਆਏ ਹੋ, ਅਸੀਂ ਜੀ ਆਇਆਂ ਨੂੰ ਆਖਦੇ ਹਾਂ ਤੇ ਮਾਸ਼ਾਅੱਲਾ ਬੜੀ ਰੌਣਕ ਲਾਈ ਬੈਠੇ ਹੋ। ਬਹੁਤ ਮਿਹਰਬਾਨੀ ਤੁਹਾਡੀਆਂ ਮੁਹੱਬਤਾਂ ਨੇ। ਕਣਕ ਖਰੀਦਣ ਦੇ ਹਵਾਲੇ ਨਾਲ ਬੜੇ ਸੋਹਣੇ ਟੋਟਕੇ ਦੱਸੇ ਨੇ। ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ। ਤੇ ਭੈਣ ਮੈਂ ਇੱਕ ਹੋਰ ਗੱਲ ਕਰਾਂਗਾ, ਕੋਸ਼ਿਸ਼ ਕਰੋ ਕਣਕ ਉਹ ਲਵੋ ਜਿਹਦੇ ਵਿੱਚ ਅੰਦਾਜ਼ੇ ਨਾਲ ਇੱਕ ਮਣ ਕਣਕ ਦੇ ਵਿੱਚ ਕੋ ਡੇਢ ਦੋ ਕਿਲੋ ਤਾਈਂ ਜੌਂ ਹੋਵੇ। ਉਹ ਇੱਕ ਤਾਂ ਕਣਕ ਠੰਡੀ ਉਸੇ ਦੀ, ਦੂਜਾ ਉਹਦਾ ਰੰਗ ਵੀ ਆਟੇ ਦਾ ਚਿੱਟਾ ਉਸੇ ਦਾ। ਜੀ ਮੈਂ ਉਸ ਤੇ ਗੱਲ ਕੀਤੀ ਹੈ ਜਾਵੇ ਬਾਜਵਾ ਸਾਹਿਬ ਨਾਲ, ਤੁਹਾਨੂੰ ਕਿਹਾ ਬਾਈ ਇੱਕ ਬੋਰੀ ਦੇ ਵਿੱਚ ਨਾ ਤੁਸੀਂ 3 ਕਿਲੋ ਕਮ ਅਸ ਕਮ, ਮੈਂ ਤਾਂ ਖਰੀਦ ਕੇ ਹੁਣ ਪਾ ਛੋੜਨੀ, ਘੱਟੋ ਘੱਟ 3 ਕਿਲੋ ਹੋਣੀ ਚਾਹੀਦੀ। ਹਾਂ ਜੀ, ਇੱਕ ਬੋਰੀ 3 ਕਿਲੋ ਜੌ ਜਿਹੜੇ ਨਾ ਉਹ ਲੈ ਕੇ ਤੇ ਉਹ ਵਿੱਚ ਰਲਾ ਲੈਣੀ ਜੀ। ਹਾਂ, ਉਹਦੇ ਨਾਲ ਮਾਸ਼ਾਅੱਲਾ ਕਣਕ ਤੁਹਾਡੀ ਇੱਕ ਤੇ ਆਟੋਮੈਟਿਕਲੀ ਠੰਡੀ ਹੋ ਗਈ ਸੀ ਤੇ ਦੂਜਾ ਫਾਇਦਾ ਹੋਏਗਾ ਕਿ ਕਣਕ ਦਾ ਆਟਾ ਬਿਲਕੁਲ ਚਿੱਟਾ ਸਫੈਦ ਹੋ ਸੇ। ਚਿੱਟਾ ਸਫੈਦ ਹੋ ਗਿਆ ਸੀ ਤੇ ਅੱਜ ਦੀ ਬੁਝਾਰਤ ਕੀ ਨੇ? ਅੱਜ ਦੀ ਬੁਝਾਰਤ ਬਸ ਹੈ, ਅੱਜ ਆ ਗਿਆ ਬੁਝਾਰਤ ਵਾਲੇ ਪਾਸੇ ਕੋਈ ਨਹੀਂ ਸਿਆ। ਅੱਛਾ, ਉਸ ਪਾਸੇ ਕੋਈ ਕੋਈ ਸੱਜੇ ਦੀ ਕੋਈ ਖੱਬੇ ਦੀ ਕੋਈ ਲਾਂਦੇ ਦੀ ਕੋਈ ਉੱਪਰ ਦੇ ਦੀ, ਅੱਜ ਬਸ ਮਿੱਟੀ ਦਾ ਦੀਵਾ ਬਣਾਉਣ ਦੀ ਕੋਸ਼ਿਸ਼ ਹੈ ਚਾਹ ਸੇ। ਚਲੋ ਜੀ, ਦੀਵਾ ਹੋਣਾ ਚਾਹੀਦਾ ਮਿੱਟੀ ਦਾ ਹੋਵੇ ਜਾਂ ਲੋਹੇ ਦਾ ਹੋਵੇ, ਜਿਹੜੀ ਸ਼ਾਇਦ ਹੋਵੇ ਜਿਹੜਾ ਚਾਨਣ ਫੈਲਾ। ਹਾਂ, ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਭੈਣ। ਆਮੀਨ ਜੀ, ਤੁਸੀਂ ਜਿਉਂਦੇ ਬਸਤੇ ਰਹੋ, ਬਹੁਤ ਸ਼ੁਕਰੀਆ। ਚਾਨਣ ਵੀ ਉਹ ਹੋਵੇ ਨਾ ਜਿਹੜਾ
ਥੜ ਦੇਵੇ। ਅੱਛਾ ਭਲੇ ਦੌਰ ਵਿੱਚ ਪਤਾ ਕੀ ਹੁੰਦਾ ਆਪਦਾ ਆ ਧਿਆਨ ਕੇ ਦੀਵੇ ਥੱਲੇ ਹਨੇਰਾ ਬਲਬ ਲੱਗਾ ਹੋਵੇ ਨਾ ਤੇ ਬਲਬ ਦਾ ਉਤਲਾ ਜਿਹੜਾ ਨਾ ਉੱਥੇ ਹਨੇਰਾ ਜਿਹਾ ਹੋ ਪੈਂਦਾ ਕਦੀ ਕਦੀ, ਲੇਕਿਨ ਅੱਜ ਕੱਲ੍ਹ ਤੇ ਇੰਜ ਦਾ ਨਿਜ਼ਾਮ ਹੈ ਜਨਾਬ ਕੇ ਆਏ ਥੱਲੇ ਕੀੜੀਆਂ ਟੁਰਦੀਆਂ ਵੀ ਦਿਸਦੀਆਂ ਪਈਆਂ ਨੇ। ਲੇਕਿਨ ਬਾਬਾ ਜੀ ਤੁਹਾਨੂੰ ਦੱਸਾਂ ਕਿ ਅੱਗੇ ਆ ਕੇ ਨਿਮਾਸ਼ਾ ਹੋਵਾਂ ਨਾਨਾ ਤਾਂ ਘਰ ਦੀਆਂ ਵਟਕੀ ਕਟਾ ਦੀਆਂ ਨੇ, ਦਰਵਾਜ਼ੇ ਬੰਦ ਕਰ ਛੋੜੋ, ਵਿਹੜੇ ਦੀ ਬੱਤੀ ਬਾਲ ਛੋੜੋ। ਹਾਂ ਤਾਂ ਬਵਾ ਕੇ ਤੇ ਵਿਹੜੇ ਵਾਲਾ ਜਿਹੜਾ ਹੈ ਨਾ ਵਿਹੜੇ ਵਾਲਾ ਦੀਵਾ ਬਾਲ ਬੱਤੀ ਬਾਲ ਛੋੜੋ, ਰੋਸ਼ਨੀ ਹੋ ਵਾਂਜੇ। ਲੇਕਿਨ ਹੁਣ ਪੁੱਠੇ ਵੇ ਕੇ ਦਰਵਾਜ਼ੇ ਖੁੱਲ੍ਹੇ ਹੋਏ ਨੇ, ਬੱਤੀਆਂ ਬੰਦ ਕੇ ਬਿਲ ਡਿੱਗਣਾ ਆਵੇ। ਅੱਛਾ ਭਲੇ ਦੌਰੇ ਚ ਆਪਦਾ ਇੰਝ ਹੁੰਦਾ ਕਿ ਵਿਹੜੇ ਦੇ ਵਿੱਚ ਨਾ ਇੱਕ ਅੱਧ ਦੇ ਵਿਚਕਾਰ ਇੱਕ ਆਲਾ ਜਿਹਾ ਬਣਿਆ ਹੁੰਦਾ ਖਾਸ ਕਰ ਮਾਮੂਲੀ ਜਿਹੀ ਰੋਸ਼ਨੀ ਜਿਹੜੀ ਹੈ ਨਾ ਉਹ ਹੋਵੇ। ਖੁਦਾ ਨਾ ਖਾਸਤਾ ਕਿਸੇ ਬਜ਼ੁਰਗ ਹਨ ਜਾਂ ਕੋਈ ਬੱਚਾ ਹੈ ਜਾਂ ਕੋਈ ਜੀ ਜਿਹਦੀ ਤਬੀਅਤ ਖਰਾਬ ਹੈ, ਉਸ ਨੂੰ ਰਾਤੀ ਉੱਠਣਾ ਪਾਉਣਾ ਅਤੇ ਵੱਧ ਨਲਕਾ ਸਾਡਾ ਜਿਹੜਾ ਉਹ ਘਰੇ ਦੀ ਗੁੱਠ 'ਤੇ ਹੁੰਦਾ ਹੈ। ਬਿਲਕੁਲ ਹਾਂ, ਉੱਥੋਂ ਤੱਕ ਬਹਿਣਾ ਸੌਖ ਹੋਵੇ, ਸੌਖ ਹੋਵੇ ਰਾਤੀ ਜਿਹੜਾ ਵੀ ਉੱਠੀ ਵੇ ਕਰੇ ਨਾ ਉਸਨੂੰ ਸੌਖ ਹੋਵੇ। ਅਤੇ ਹੁਣ ਤਾਂ ਮਾਸ਼ਾਅੱਲਾ ਜੀ ਅਗਰ ਜਿਤਨੇ ਕਮਰੇ ਨੂੰ ਹਰ ਕਮਰੇ ਦੇ ਵਿੱਚ ਅਲੱਗਦਾ ਵਾਸ਼ਰੂਮ ਬਣਿਆ ਹੋਇਆ ਅਤੇ ਉਹਦੇ ਵਿੱਚ ਜਨਾਬ ਔਰ ਇਹਨਾਂ ਵਾਸ਼ਰੂਮਾਂ ਪਤਾ ਕੀ ਤਬਾਹੀ ਕੀਤੀ, ਪੰਜਾਬੀ ਦਾ ਇੱਕ ਲਫ਼ਜ਼ ਹੈ ਤਰੱਟੀ ਚੌੜ ਕਰਨਾ। ਬਿਲਕੁਲ ਸਰਗੋਧੇ ਦੇ ਵਿੱਚ ਸਭ ਤੋਂ ਜਿਹੜਾ ਮਾੜਾ ਕੰਮ ਹੁੰਦਾ ਪਿਆ ਉਹ ਪਤਾ ਕੀ ਆਉਂਦਾ, ਸਾਡਾ ਪਾਣੀ ਜਿਹੜਾ ਨਾ ਉਹ ਕੌੜਾ ਹੁੰਦਾ ਬਈ, ਕੌੜਾ ਸਾਡਾ ਪਾਣੀ ਇਸ ਹੱਦ ਤੱਕ ਹੋ ਗਿਆ ਖਾਰਾ ਹੋ ਅਤੇ ਮਾੜਾ ਜਿਹਾ ਲਫਜ਼ੇ ਪਾਣੀ ਇਤਨਾ ਕੜਵਾ ਹੋ ਗਿਆ। ਅਗਰ ਤੁਸੀਂ ਉਹ ਪਾਣੀ ਖਾਸ ਕਰ ਤੁਸੀਂ ਮੇਰੇ ਏਰੀਏ ਜਾਓ ਨਾ ਪਰਾਂ ਲਿਆਕਤ ਕਲੋਨੀ ਤੋਂ ਪਰਾਂ ਨਿਕਲੋ ਅਤੇ ਫੈਸਲਾਬਾਦ ਰੋਡ 'ਤੇ ਕੁਛ ਜਿਹੜੇ ਵਾਹੀਵਾਨ ਹਨ ਨਾ ਜਗ੍ਹਾ ਉੱਥੇ ਤਾਂ ਅਜੇ ਪੀਣ ਦੇ ਕਾਬਲ ਹੈ। ਨਲਕਾ ਜਿਹੜਾ ਨਾ ਉਹ ਤੁਹਾਨੂੰ 6 ਮਹੀਨਿਆਂ ਤੋਂ ਬਾਅਦ ਉਸ ਇੰਜ ਹੋ ਪੈਣਾ ਗਲ ਪੈਣਾ ਇਤਨਾ ਕੁਛ ਦੇ ਵਿੱਚ ਨਮਕੀਆਤ ਪਾਣੀ ਤੇ ਇਹ ਪਤਾ ਕਿਉਂ ਆਇਆ ਇਹ ਅਸਾਂ ਗੰਨਾ ਆਪ ਬਣਿਆ ਇਹ ਗੰਨਾ ਹੁਣ ਅਸੀਂ ਆਪ ਬਣ ਕੇ ਤਾਂ ਚੂਪਦੇ ਪਏ ਹਾਂ। ਇਹਦੇ ਵਿੱਚ ਮੇਰਾ ਕਸੂਰ ਤੁਹਾਡਾ ਵੱਡਕਿਆਂ ਦਾ ਕਸੂਰ ਇਹਦੇ 'ਚ ਕੀ ਬਣਿਆ, ਸੇਵਰੇਜ ਦਾ ਨਿਜ਼ਾਮ ਸਾਡਾ ਜਿਹੜਾ ਨਾ ਉਹ ਜਾ ਤੋਂ ਖਰਾਬ ਹੈ। ਬਿਲਕੁਲ ਉਹਦੀ ਵਜ੍ਹਾ ਤੋਂ ਜਿਹੜਾ ਸੇਵਰੇਜ ਦਾ ਪਾਣੀ ਆ ਨਾ ਉਹਦੀ ਜਿਹੜੀ ਜਗ੍ਹਾ ਆਈ ਉੱਥੇ ਜਾਣ ਦੀ ਬਜਾਏ ਜ਼ਮੀਨ 'ਚ ਬਣਨ ਲੱਗ ਪਿਆ। ਬਿਲਕੁਲ ਉਹਦੀ ਵਜ੍ਹਾ ਤੋਂ ਪਹਿਲੀ ਗੱਲ ਤਾਂ ਕਿ ਆਮ ਹਾਲਾਤ 'ਚ ਹੁੰਦਾ ਕੁਝ 40-42 ਫੁੱਟਾਂ ਤੋਂ ਬਾਅਦ ਪਾਣੀ ਲੱਭ ਹੁੰਦਾ, ਇੱਕ ਪਾਣੀ ਥੱਲੇ ਵੀ ਹੋ ਗਿਆ ਤੇ ਜਿਹੜਾ ਥੱਲਿਓ ਲੱਭਣਾ ਵੀ ਹੈ ਨਾ 60-70 ਫੁੱਟਾਂ ਤੋਂ ਪਾਣੀ ਉਹ ਵੀ ਕੜਾ ਜ਼ਾਰ ਹੈ। ਬਾਬੀ ਅੱਗੇ ਆਈ ਨਾ ਕਿ ਬਾਰਿਸ਼ ਆਵੇ ਤਾਂ ਜ਼ਮੀਨ ਪਾਣੀ ਦਾ ਰਸ ਲੈ ਲੈਂਦੀ ਆ ਜਾਂ ਹੁਣ ਉਹ ਵੀ ਉਹ ਨਾਲੇ ਦੇ ਵਿੱਚ ਵਹਿ ਵੈਂਦਾ ਜਾਂ ਕਿਸ ਕੰਮ ਐਵੇਂ ਮਾ ਤੇ ਉਹ ਵੀ ਜਿਹੜਾ ਹੁਣ ਬਾਹਰ ਦੇ ਮੁਲਕ 'ਚ ਵੇਖੋ ਨਾ ਉਹ ਬਾਰਿਸ਼ ਵਾਲੇ ਪਾਣੀ ਨੂੰ ਵੀ ਰੀਸਾਈਕਲ ਕਰਕੇ ਤੇ ਉਹ ਕੰਮ 'ਚ ਲਿਆਉਂਦੇ ਪੈਣ, ਲੇਕਿਨ ਸਾਡੇ ਕੋਲ ਐਸਾ ਕੋਈ ਸਿਸਟਮ ਨਹੀਂ, ਅਸੀਂ ਇਸ ਬਾਰੇ ਕੁਝ ਨਹੀਂ ਸੋਚਿਆ। ਦਰਖਤ ਅਸੀਂ ਕੱਟੇ ਵੈਨੇ ਆ ਖਾਲੇ ਪਹਿਲੇ ਕੱਚੇ ਹਨ ਹੁਣ ਅਸਾਂ ਪੱਕੇ ਕਰ ਛੋੜੇ ਨਾ। ਹਾਂ
ਇਹ ਵੀ ਸਭ ਤੋਂ ਵੱਡਾ ਨੁਕਸਾਨ ਹੈ। ਜਿਹੜੇ ਆਂਡ ਨਾ ਕੱਚੇ ਖਾਣੇ ਉਹਦੇ ਵਿੱਚ ਇੱਕ ਫਾਇਦਾ, ਮੈਂ ਆਪ ਬਚਪਨ ਦੀ ਗੱਲ ਕਰਾਂ, ਪਹਿਰੀ ਵਾਰ ਵਹਿਣਾ ਨਾ, ਦੁਪਹਿਰੀ ਵਹਿਣਾ ਜਾਂ ਜਿੱਤ ਵੇਲੇ, ਖਾਸ ਕਰ ਪਹਿਲੇ ਪਾਰ, ਪਹਿਲੇ ਪਾਰ ਵਹਿਣਾ ਨਾ ਅਤੇ ਬਜ਼ੁਰਗਾਂ ਆਖਣਾ ਕਿ ਆਉਂਦਿਆਂ ਉੱਥੋਂ ਨਾ ਬੂਟੀ ਪੱਟੀ ਲਿਆਵੀਂ। ਮੈਂ ਆਪ ਵੱਲਾ ਬਖੁਦਾ ਮੁੱਲ ਨਹੀਂ ਲਿਆਂਦੀ, ਕਿਉਂਕਿ ਬਜ਼ੁਰਗਾਂ ਦਾ ਤਲਕ ਵੀ ਹਿਕਮਤ ਦੇ ਨਾਲ ਆ, ਸਾਰਾ ਖਾਨਦਾਨ ਜਿਹੜਾ ਹਿਕਮਤ ਅਤੇ ਪੀਰੀ ਫਕੀਰੀ ਵਾਲਾ ਨਿਜ਼ਾਮ ਆ। ਅਤੇ ਬਹੁਤ ਸਾਰੀਆਂ ਬੂਟੀਆਂ ਮੈਂ ਵੇਖੀਆਂ, ਵੱਧ ਤੋਂ ਹਮਾਮ ਦਸਤੇ, ਵੱਧ ਖਰਲ, ਵੱਧ ਤੋਂ ਅਰਕ ਬਣੇ ਵਾਲੀ ਮਸ਼ੀਨ ਜਿਹੜੀ ਉਹਨਾਂ ਦੇ ਨਾ ਕਰਮ ਬੀਫ, ਸਹੀ, ਉਹ ਸਾਰੀਆਂ ਸ਼ਹੀ ਵੇਖੀਆਂ ਆਈਆਂ ਬਜ਼ੁਰਗਾਂ ਦੀਆਂ। ਚਰੈਤਾ ਨਾਂ ਦੀ ਇੱਕ ਬੂਟੀ ਹੁੰਦੀ ਆ, ਹਾਂ ਬਿਲਕੁਲ, ਉਹਦੇ ਨਾ ਹਲਕਾ ਜਾਮਨੂ ਰੰਗ ਦੇ ਫੁੱਲ ਹੋਣੇ, ਵੱਧ ਕਿਸੇ ਬੂਟੇ ਦੇ ਉੱਤੇ ਇੰਤਹਾਈ ਸੁਰਖ ਕਿਸਮ ਦੇ ਹੋਣੇ, ਕਿਸੇ ਦੇ ਉੱਤੇ ਥੋੜ੍ਹੇ ਥੋੜ੍ਹੇ ਚਿੱਟੇ ਰੰਗ ਦੇ ਹੋਣੇ, ਬੜੇ ਰੰਗਾਂ ਦੇ ਫੁੱਲ ਹੋਣੇ, ਉਹ ਚਰੈਤਾ ਜਿਹੜਾ ਨਾ ਇਤਨੇ ਪੱਟ ਲੈਣਾ, ਲਿਆ ਕੇ ਉਹਨੂੰ ਛੰਡ ਫੂਕ ਕੇ ਧੋ ਕੇ ਨਾ, ਅਤੇ ਆਪਦਾ ਉਹਨੂੰ ਵੇਚ ਛੱਡਣਾ। ਠੀਕ, ਉਹਨੂੰ ਵੇਹਣਾ ਵੀ ਉਹ ਤੋਲੇ ਆ, ਹੁਣ ਤਾਂ ਅਜੀਬ ਅਜੀਬ ਭਾਂਡੇ ਆ ਗਏ ਨਾ, ਗਰੈਂਡਰ ਆ ਗਿਆ, ਅਜੀਬ ਜਿਹੀ ਕਹਾਣੀ ਆ ਗਈ ਹੈ। ਮੈਂ ਤਾਂ ਇਹਨਾਂ ਮਸ਼ੀਨਾਂ ਦਾ ਕਹਿ ਲਈ ਕੋਈ ਨਹੀਂ ਸੂ। ਉਸ ਵੇਲੇ ਇਹ ਹੁੰਦਾ ਕਿ ਮਿੱਟੀ ਦੇ ਭਾਂਡੇ ਹੁੰਦੇ ਹਨ, ਜਾਂ ਬਹੁਤ ਕਿੱਦਾਂ ਕੋਈ ਤਰਾਮੇ ਦਾ ਹੋ ਗਿਆ, ਪਿੱਤਲ ਦਾ ਹੋ ਗਿਆ, ਕਈ ਆਉਂਦਾ ਭਾਂਡਾ, ਸਿਲਵਰ ਨਾਂ ਦੀ ਸ਼ਾਇਦ ਵੀ ਕੋਈ ਨਾ, ਦੌਰੀ ਮਲ ਨਾ ਪੁੱਛ ਲਓ ਤਾਂ ਕੋਈ ਨਹੀਂ ਪਤਾ, ਨਾ ਪਤਾ ਕਿਉਂ ਨਹੀਂ, ਕਿਸੇ ਨੇ ਆਖੋ ਕਿ ਦੌਰੀ ਡੰਡਕੇ ਦੇ ਕਿਸੇ ਨੂੰ ਕਿਸੇ ਪਤਾ ਹੀ ਨਹੀਂ। ਹੁਣ ਅਸੀਂ ਜਿਹੜਾ ਆਟਾ ਭੇਜਦੇ ਹਾਂ ਨਾ ਆਪਦਾ, ਉਹ ਆਟਾ ਪੀਸਦਾ ਨਹੀਂ ਹੈ, ਉਹ ਕਣਕ ਨੂੰ ਕੁਤਰਿਆ ਵੈਂਦਾ। ਬਿਲਕੁਲ, ਜਿਹੜੀ ਮਸ਼ੀਨ ਲਓ ਜੀ, ਚਾਈਨਾ ਦੀ ਮਸ਼ੀਨ ਆ ਗਈ ਤਾਂ ਫਲਾਣੀ ਮਸ਼ੀਨ ਆ ਗਈ ਤਾਂ ਉਹਦੇ 'ਚ ਬਲੇਡ ਲੱਗੇ ਨੇ, ਜਾਂ ਬਤਾ ਏਡੇ ਏਡੇ ਮੋਟੇ ਰਾਡ ਹੁੰਦੇ ਨੇ, ਸਰਗੇ ਨੇ, ਉਹ ਅੰਜ ਕਰਕੇ ਫਿਰਦੇ ਨੇ, ਉਸ ਕਣਕ ਨੂੰ ਕੁੱਟ ਕੇ ਕੁਤਰ ਕੇ ਅਤੇ ਜਿਹਨਾਂ ਬੈਲਾ ਬਿਲਕੁਲ ਬਰੀਕ ਕਰ ਦਿੰਦੇ, ਔਰ ਆਟਾ ਉਤਣਾ ਤਾਕਤ ਵਾਲਾ ਨਹੀਂ ਰਿਹਾ। ਜਿਹੜੀ ਅਸੀਂ ਮਰਚ ਲੈਂਦੇ ਹਾਂ, ਉਹ ਵੀ ਮਰਚ ਜਿਹੜੀ ਨੇ ਉਹ ਵੀ ਕੁਤਰੀ ਨਹੀਂ ਐਵੇਂ, ਜਿਹੜੀਆਂ ਘਰ ਮਾਵਾਂ ਸਾਡੀਆਂ ਜਾਂ ਬਹਿਣਾ, ਨਾਨੀਆਂ ਦਾਦੀਆਂ ਸਾਡੀਆਂ ਵਡਕੀਆਂ ਜਿਹੜੀਆਂ ਨਾ, ਦੌਰੀ ਮਲਣਾ ਜਾਂ ਦੌਰੀ ਡੰਡਕੇ ਦੇ ਨਾਲ ਜਿਹੜੀ ਮਰਚ ਰਗੜੀ ਵੈਂਦੀ ਆਈ ਨਾ, ਕੁਟਿੰਦੀ ਆਈ, ਉਸ ਦਾ ਕਮਾਲ ਇਹ ਆ ਕਿ ਜੇਕਰ ਸਲੂਣਾ ਨਹੀਂ ਵੀ ਨਾ ਬਣਿਆ ਤਾਂ ਤੰਦੂਰ ਦੀ ਰੋਟੀ ਅਤੇ ਇਤਨੀਆਂ ਮਰਚਾਂ ਨੇ ਤਾਂ ਇਤਨਾ ਨਾਲ ਮੱਖਣ ਰੱਖ ਕੇ ਖਾਣਾ ਨਾ, ਅਤੇ ਅੱਜ ਦੇ ਗੋਸ਼ਤ ਕਿਲੋ ਨਾਲ ਉਬਾਲੀ ਤਾਕਤ ਆਈ ਉਹਨਾਂ ਮਰਚਾਂ ਦੀ। ਬਿਲਕੁਲ, ਮਰਚ ਦੀ ਗੱਲ ਤੈਨੂੰ ਦੱਸ ਦੇਵਾਂ ਖਾਸ ਕੁਲੀਆ, ਅਗਰ ਸਮਝੋ ਕਿ ਮਰਚ ਤੁਸੀਂ ਲੈ ਕੇ ਆਉਂਦੀ ਤਾਂ ਚੈੱਕ ਕਰਨੀ ਹੈ ਬਈ ਇੱਕ ਨੰਬਰ ਹੈ, ਦੋ ਨੰਬਰ ਹੈ, ਕੀ ਰੌਲਾ ਹੈ। ਪਾਣੀ ਲੈ ਲਿਓ, ਕੋਸਾ ਪਾਣੀ, ਸਹੀ, ਇੱਕ ਪਾਣੀ ਦਾ ਠੱਡਾ ਗਿਲਾਸ ਵਾਲਾ ਵਿੱਚ ਪਾ ਲਓ ਠੰਡਾ। ਠੀਕ, ਇੱਕ ਚਮਚੀ ਉਸ ਗਿਲਾਸ ਵਿੱਚ ਪਾ ਦਿਓ, ਇੱਕ ਚਮਚੀ ਉਸ ਗਿਲਾਸ ਵਿੱਚ ਪਾ। ਠੀਕ, ਟੈਂਪਰੇਚਰ ਦਾ ਵੀ ਫਰਕ ਉਹ ਦੱਸ ਦੇਣਗੇ। ਦੂਆਂ ਨੂੰ ਹਲਾਇਓ, ਸਹੀ ਹੈ, ਜੇ ਤੁਹਾਡੇ ਇਲਾਕੇ 'ਚ ਗਰਮੀ ਹੈ ਨਾ ਤਾਂ ਬਸ ਤੁਹਾਨੂੰ ਉਸ ਠੰਡੇ ਪਾਣੀ ਵਾਲੇ ਦੱਸਣਾ, ਜੇ ਤੁਹਾਡੇ ਇਲਾਕੇ 'ਚ ਸਰਦੀ ਹੈ ਜਾਂ ਸਰਦੀ ਦਾ ਮੌਸਮ ਹੈ ਤਾਂ ਵੱਧ ਤੋਂ ਕੋਸੇ ਪਾਣੀ ਵਾਲੇ ਤੁਹਾਨੂੰ ਦੱਸਣਾ। ਜਿਤ ਵੇਲੇ ਤੁਸੀਂ ਉਹਨੂੰ ਹਲਾਉਣਾ ਨਾ, ਸਹੀ, ਅਗਰ ਤੇ ਮਰਚ ਜਿਹੜੀ ਹੈ ਪਾਣੀ ਦੇ ਵਿੱਚ ਮੁਕੰਮਲ ਗੁਲ ਗਈ ਹੈ, ਠੀਕ, ਤੇ ਵੱਧ ਤੋਂ ਇੱਕ ਨੰਬਰ ਹੀ ਨੇ, ਤੇ ਜੇ ਥੱਲੇ ਵਿੱਚ ਬਹਿ ਗਈ ਹੈ ਤੇ ਮਰਚ ਉਹ ਬੂਰੇ ਵਾਲੀ, ਉਹ ਮਰਚ ਦੋ ਨੰਬਰ ਹੀ ਨੇ, ਦੋ ਨੰਬਰ ਹੈ। ਲਿਹਾਜ਼ਾ ਘੱਟੋ ਘੱਟ ਇਤਨਾ ਤਜਰਬਾ ਕਰ ਲਿਆ ਕਰੋ, ਤੇ ਬਲਕਿ ਮੈਂ ਤੇ ਅਕਸਾਂ ਅਗਰ ਥੋੜੀ ਸਾਰੀ ਸੌ ਕਰ ਲਵਾਂ ਨਾ ਮੰਡੀ ਤੋਂ
ਲਈ ਆਵਣ, ਉਸ ਨੂੰ ਧੋ ਕੇ ਸੁਕਾ ਕੇ ਪਿਹਾ ਲਵਣ ਆਪਣੀਆਂ ਨਜ਼ਰਾਂ ਦੇ ਸਾਹਮਣੇ, ਤਾਂ ਇਹ ਚੈੱਕ ਕਰਨ ਨਾਲ ਹੀ ਜ਼ਹਿਮਤੀ ਨਾ ਕਰਨੀ ਪਵੇ ਇਹ ਵੀ। ਔਰ ਦੂਸਰਾ, ਅਗਰ ਨਾਲੇ ਇਹ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨਾ, ਇਹ ਖੇਚਲ ਕਰਨ ਤੋਂ ਬੜੀਆਂ ਢੇਰ ਸਾਰੀਆਂ ਥੱਕ ਪੈਂਦੀਆਂ ਨੇ, ਅੱਕ ਪੈਂਦੀਆਂ ਨੇ, ਪੈ ਗਈਆਂ ਨੇ, ਮਤਲਬ ਸੁਖਿਆਈ ਵਾਲੇ ਪਾਸੇ। ਹੁਣ ਤੈਨੂੰ ਮੈਂ ਆਖਾਂਗਾ ਪੁੱਤਰਾ ਦੋ ਸਿਰ ਮਰਚਾਂ ਨੇ, ਅਤੇ ਆਹ ਡੰਡਕਾ ਦੌਰੀ ਹੈ ਅਤੇ ਫਰੀ ਤਾਂ ਪੁੱਤਰਾ ਵਿੱਚ ਨੂੰ ਰਗੜ ਛੱਡੀ। ਬਾਬਾ ਜੀ ਹੁਣ ਹੀ ਜਿਵੇਂ ਹਰ ਦੂਈ ਤਰੀ ਜਨਾਨੀ, ਹਾਂ ਜਿਹੜੀ ਵੇਖੋ ਸਾਡੇ ਜੋੜਾਂ ਨੂੰ ਦਰਦ ਦੇ, ਯੂਰਿਕ ਐਸਿਡ ਵੱਧ ਗਿਆ, ਕੋਲੈਸਟ੍ਰੋਲ ਵੱਧ ਗਿਆ, ਬਲੱਡ ਪ੍ਰੈਸ਼ਰ ਹਾਈ ਹੋਣ ਲੱਗ ਪਿਆ, ਕਿਉਂ ਹੋਣ ਲੱਗ ਪਿਆ, ਹਰ ਕੰਮ ਅਸੀਂ ਮਸ਼ੀਨਾਂ ਨਾਲ ਕਰਨ ਲੱਗ ਪਏ ਹਾਂ, ਆਪ ਅਸੀਂ ਔਖੇ ਹੁੰਦੇ ਨਾ, ਜਿਸਮ ਨੂੰ ਅਸਾਂ ਜ਼ਹਿਮਤ ਦੇਵਣਾ ਛੋੜ ਦਿੱਤੀ ਏ। ਹੋਰ ਤੇ ਹੋਰ, ਹੁਣ ਤੇ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ ਨੂੰ, ਬਿਲਕੁਲ ਆ ਗਈਆਂ, ਅੱਗੇ ਸਾਡੀਆਂ ਮਾਵਾਂ ਭੈਣਾਂ ਜਨਾਬ ਅੰਜ ਕਰਕੇ ਨਾ, ਮੈਨੂੰ ਬੜਾ ਚੰਗੀ ਤਰ੍ਹਾਂ ਆਏ ਅੰਗੂਠਾ ਹੀ ਦਿੱਚ ਵਿੱਚ ਦੇ ਕੇ ਤੇ ਅੰਜ ਕਰਕੇ ਮੁੱਕੀ ਦੇਣਾ, ਮੁੱਕੀ ਦੇਣੀ ਉਹ ਜੇ ਤੁਹਾਡੇ ਮੁੱਕੀ ਦੇਣੀ ਆਟੇ ਨੂੰ, ਜਿਤਨੀ ਜ਼ਿਆਦਾ ਮੁੱਕੀ ਦੇਣੀ ਆਟੇ ਚ ਲੇਸ ਬਦਣੀ, ਬਿਲਕੁਲ ਆਟਾ ਹੋਰ ਚੀੜਾਉਣਾ, ਰੋਟੀ ਉਤਨੀ ਸਵਾਦੀ ਬਣਨੀ, ਪਹਿਲੇ ਆਟਾ ਲੋ ਕੇ ਰੱਖਣਾ ਜਿਆ, 10-15 ਮਿੰਟ ਬਾਅਦ ਵਾ ਦੁਬਾਰਾ ਉਸ ਨੂੰ ਗੁੰਨਣਾ ਜਿਆ, ਵਾ ਤੇ ਹੁਣ ਪਾਣੀ ਪਾ ਕੇ ਹਲਾ ਕੇ ਤੇ ਰੱਖ ਛੋੜੋ, ਅੱਜ ਕਰਕੇ ਮਸ਼ੀਨ ਮਾਰਨੀ ਤੇ ਆਟਾ ਗੁੱਝ ਪੈਣਾ। ਤੇ ਸੋ ਮਾਮਲਾ ਇਹ ਹੈ ਕਿ ਸਾਡੇ ਵਿੱਚ ਨਾ ਸੁਖਿਆਈਆਂ ਭਾਲੀਆਂ ਹੁੰਦੀਆਂ ਪੈਂਦੀਆਂ ਨੇ, ਪਾ ਮਰਚ ਲੈ ਲਿਓ ਨਾ ਅਗਰ, ਤੇ ਜੇ ਘਰ ਦੇ ਦੋ ਜੀ ਰਲ ਕੇ ਉਹਨੂੰ ਰਗੜ ਲੈਣ, ਵਿੱਚੇ ਥੋਮ ਚ ਗਤਿਆ ਵਿੱਚ ਹੀ ਉੱਤੇ ਜਿਹੜਾ ਇਹ ਆਪਣਾ ਨਾਂ ਕੀ ਹੈ ਮਰਚ ਆ ਵੀ ਸੀ, ਵਿੱਚੇ ਗਰਮ ਮਸਾਲਾ ਆ ਗਿਆ ਵਿੱਚੇ, ਤੁਸੀਂ ਉੱਧਰ ਤੁਸੀਂ ਵਸਣ ਗੱਤ ਲਿਓ ਦੇਸੀ, ਉਹ ਵਿੱਚ ਮਿਕਸ ਕਰ ਲਓ, ਉਹ ਤੁਸੀਂ ਅਰਸ਼ਾ ਰਗੜ ਲਿਓ ਨਾ, ਤੁਹਾਡੇ 10-12-14 ਡੰਗ ਜਿਹੜੇ ਨੇ ਤੁਸੀਂ ਬੜੇ ਸੋਹਣੇ ਲੱਗਦੇ, ਬੜੇ ਸਕੂਨ ਨਾਲ ਗੁਜ਼ਰਨ ਲੱਗੇ, ਉਹ ਤਸੱਲੀ ਹੋ ਸੀ ਨਾ ਕਿ ਸਿਹਤਮੰਦ ਦੇ ਘਰ ਦਾ ਬਣਿਆ ਹੋਇਆ, ਕਿ ਕਿਸੇ ਕਿਸਮ ਦਾ ਕੋਈ ਕੈਮੀਕਲ ਨਹੀਂ ਹੈ, ਕੋਈ ਮਿਲਾਵਟ ਨਹੀਂ ਹੈ, ਹਾਂਜੀ ਉਹਦੇ ਨਾਲ ਨੁਕਸਾਨ ਕੋਈ, ਕਿਉਂਕਿ ਸਾਡੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜਾ ਕਾਰੋਬਾਰ ਕਰਨ ਵਾਲੇ ਹਾਜੀ ਸੱਯਦ ਵੱਡੀਆਂ ਵੱਡੀਆਂ ਦਾੜੀਆਂ ਵਾਲੇ, ਵੇਲਾ ਵੀ ਸਾਡਾ ਨੇੜੇ ਲੱਗ ਆਇਆ, ਤੇ ਸੱਜਣਾ ਮਿੱਤਰਾਂ ਹੋ, ਦੀਆਂ ਬਹਿਣਾ ਹੋ ਤੇ ਮਾਵਾਂ ਹੋ, ਜੇ ਸਾਡੇ ਕੋਲੋਂ ਕੋ ਭੁੱਲ ਭੁਲੇਖਾ ਹੋ ਗਿਆ ਹੋਵੇ, ਇਸ ਬਾਬੇ ਕੋਲੋਂ ਤੇ ਜਤਕੜੀ ਕੋਲੋਂ, ਤੇ ਸਾਨੂੰ ਕਰਿਆ ਹੈ ਮਾਫ, ਅਸੀਂ ਸਿਰਫ 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 ਇਸ ਤੋਂ ਆ ਕੇ ਬਾਹ ਕੇ ਤੇ ਗੱਲਾਂ ਕਰੀਦੀਆਂ ਨੇ ਕਿ ਜਿਹੜੇ ਸਾਡੇ ਸਾਕਾਂ ਦੇ ਅਹਿਸਾਸ ਮੁੱਕ ਗਏ ਨੇ, ਸਾਡੇ ਕਿਸੇ ਸੁਣਨ ਵਾਲੇ ਹਿੱਕੀ ਦੀ ਵੀ ਸਾਡੀ ਵਜ੍ਹਾ ਤੋਂ ਜ਼ਿੰਦਗੀ ਦੇ ਵਿੱਚ ਮਸਬਤ ਤਬਦੀਲੀ ਆਉਂਦੀ, ਤਾਂ ਸਾਡਾ ਇੱਥੇ ਘੰਟੇ ਬਹਿ ਕੇ ਬੋਲਣ ਦਾ ਮਕਸਦ ਪੂਰਾ ਹੋ ਗਿਆ, ਬਖਸ਼ਿਸ਼ ਦਾ ਵਸੀਲਾ ਬਣ ਪੈਣਾ, ਰੁੜਿਆ ਬੇਰਾ ਦਾ ਕੁਝ ਨਹੀਂ ਗਿਆ ਅਜੇ ਵੀ, ਅੱਲਾ ਦਾ ਵਾਸਤਾ ਹੀ ਨੇ, ਆਪਣਿਆਂ ਵੱਡਿਆਂ ਦਾ ਇਤਰਾਮ ਕੀਤਾ ਕਰੋ, ਨਿੱਕਿਆਂ ਨੂੰ ਜੇ ਆਪਦਾ ਇੱਕ ਪੀੜ੍ਹੀ ਜੀ ਗੱਲ ਜੇ ਤੁਸੀਂ ਆਪਣੇ ਬੱਚੇ ਨੂੰ ਕਰੋਗੇ ਨਾ ਕਿ ਬੇਟਾ ਗੱਲ ਸੁਣ, ਉਹ ਪੁੱਤਰੀ ਗੱਲ ਸੁਣੇ ਨਾ, ਉਹਨੂੰ ਜੀ ਕਰਕੇ ਬੁਲਾਓਗੇ ਉਹ ਤੁਹਾਨੂੰ ਜੀ ਕਰਕੇ ਬੁਲਾਏਗਾ, ਆਪਣਿਆਂ ਬੱਚਿਆਂ ਦੇ ਨਾਲ ਇਤਰਾਮ ਨਾਲ ਬੋਲੋ, ਉਹ ਬੱਚੇ ਔਰ ਵੱਤ ਉਹ ਸਿੱਖਦੇ ਨੇ। ਆਖਰੀ ਗੱਲ ਇਹ ਵੇ ਕਿ ਆਪਣੀ ਔਲਾਦ ਦੇ ਸਾਹਮਣੇ ਆਪਣੇ ਮਾਪਿਆਂ ਦੀ ਖਿਦਮਤ ਕੀਤਾ ਕਰੋ, ਉਹਨਾਂ ਨੂੰ ਮੁੱਠੀਆਂ ਭਰਿਆ ਕਰੋ, ਉਹਨਾਂ ਦੇ ਸਿਰੇ ਵਿੱਚ ਤੇਲ ਲਾਇਆ ਕਰੋ, ਜਿਸਲੇ ਤੁਸੀਂ ਬੁੱਢੇ ਹੋ ਜਾ ਸੋ ਤੁਹਾਡੀ ਔਲਾਦ ਕਰਦਾ। ਤੇ ਸੱਜਣੋ ਕੋ ਭੁੱਲ ਚੁੱਕੋ ਕੀ ਹੋਵੇ ਤੇ ਮਾਫ਼ ਕਰਿਆ, ਪ੍ਰੋਗਰਾਮ ਦਾ ਸਮਾਂ ਵੇਲਾ ਹੋ ਗਿਆ ਪੂਰਾ, ਆਪਣੇ ਮੇਜ਼ਬਾਨ ਮੋਮਿਨ ਸ਼ਾਹ ਅਤੇ ਆਪਦਾ ਨਜ਼ਰ ਨੂੰ ਦਿਓ ਇਜਾਜ਼ਤਾਂ, ਜ਼ਿੰਦਗੀ ਰਹੀ ਤੇ ਕੱਲ੍ਹ ਵੱਧ ਮੁਲਾਕਾਤਾਂ ਹੋ ਸਨ, ਇਸ ਦੇ ਨਾਲ ਹੀ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।